ਉਹ ਜਿਹੜੀ ਔਰਤ ਆ ਉਹ ਕਹਿੰਦੀ ਆ ਵੀ ਮੇਰੇ ਨਾਲ ਇਦਾਂ ਹੋਇਆ ਸਾਰਾ ਉੱਥੇ ਬੁਲਾਇਆ ਉਹ ਜਿਹੜਾ ਰੂਮ ਦੀ ਗੱਲ ਕਰਦੀ ਆ ਕਿ ਕੋਈ ਇਦਾਂ ਦਾ ਹੈਗਾ ਉੱਥੇ ਰੂਮ ਬਿਲਕੁਲ ਹੈਗਾ ਜੀ ਸਾਹਮਣੇ ਉਹਨਾਂ ਦਾ ਆਪਣਾ ਪਰਿਵਾਰ ਹੈ ਘਰ ਹੈ ਉਹਨਾਂ ਦੇ ਮਦਰ ਨੇ ਉਹਨਾਂ ਦੇ ਵਾਈਫ ਨੇ ਉਹਨਾਂ ਦੀਆਂ ਬੱਚੀਆਂ ਨੇ ਉਹਨਾਂ ਦਾ ਪਰਿਵਾਰ ਹੈ ਬੈਂਸ ਸਾਹਿਬ ਨੇ ਉਹਨੂੰ ਕਿਉਂ ਨੀ ਕਿਹਾ ਵੀ ਤੂੰ ਉਹਦੇ ਘਰੇ ਜਾ उस बंदे ने बैंस साहब ने क्यों नहीं दसा बैंस साहब की मदद ना करवाया औरत गलत हैगी है बैनर ने यह सलूक किया कहता मेरा सिर पड़िया उन्हें क्यों नहीं परचा कराया मतलब हम भी क्यों नहीं होया ਜਿਹੜੀ ਚੈਟ ਤੇ ਕਾਲ ਰਿਕਾਰਡਿੰਗ ਆ ਉਹ ਬੈਂਸ ਸਾਹਿਬ ਨੇ ਕਿਹਾ ਕਹਿੰਦੇ ਮੈਂ ਕਦੋਂ ਮੁੱਕਰਿਆ ਵੀ ਮੇਰੀ ਨਹੀਂ ਹੈਗੀ ਮੈਂ ਕਹਿੰਦਾ ਹੈਗੀ ਆ ਜੀ ਪਰ ਤੁਸੀਂ ਇੰਨਾ ਲੰਬਾ ਸਮਾਂ ਨਾਲ ਰਹੇ ਹੋ ਕਦੇ ਇਹਨਾਂ ਨੇ ਆਪਦੇ ਫੋਨ ਤੋਂ ਇਦਾਂ ਦੀਆਂ ਕਾਲ ਲੋਕਾਂ ਹੋਰਾਂ ਨੂੰ ਵੀ ਕੀਤੀਆਂ ਸੀਗੀਆਂ ਕਿ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਕਿ ਆਓ 15 ਮਿੰਟ ਚ ਚਾਹੇ ਕਿਸੇ ਕੰਮ ਵਾਸਤੇ ਕਹਿ ਸਕਦੇ ਨਹੀਂ ਜੀ ਆਪਦੇ ਫੋਨ ਤੋਂ ਕਰਦੇ ਸੀ ਕਾਲ मैं नहीं परवाह करता जे करन ते आवांगा मेरे कोल होर अप्रोच अज दे समय च भी लेडीज दी हैगी है मेरे कोल प्रूफ भी हैगे ने मैं तुहानू चैनल दे उत्ते कह के जा रहा हां भी होर इदां दीआं लेडीज आ जाणगीआं सामणे सामणे आ ना मैनू अप्रोच करके मेरे कोल उहनां दा डाटा पिआ उहनां ने की होया की नहीं मेरे कोल पिआ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਉਹਦੇ ਮੈਂ ਤਰਲੋਚਨ ਸਿੰਘ ਗਿੱਲਾਂ ਬੜੇ ਦਿਨਾਂ ਤੋਂ ਇੱਕ ਮਸਲਾ ਜਿਹੜਾ ਉਹ ਪੂਰੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਲਚਲ ਮਚਾ ਰਿਹਾ ਮੱਚਣੀ ਬਣਦੀ ਵੀ ਸੀ ਰਾਜਨੀਤੀ ਦੇ ਵਿੱਚ ਇਹ ਹਲਚਲ ਇਸ ਕਰਕੇ ਮੱਚੀ ਕਿ ਇੱਕ ਬਹੁਤ ਹੀ ਇਮਾਨਦਾਰ ਕਹਿ ਸਕਦੇ ਜਿਹੜਾ ਚਿਹਰਾ ਲੋਕਾਂ ਦੇ ਵਿੱਚ ਇਮਾਨਦਾਰ ਬਣਿਆ ਹੋਇਆ ਸਰਦਾਰ ਸਿਮਰਜੀਤ ਸਿੰਘ ਬੈਂਸ MLA ਲੋਕ ਇਨਸਾਫ ਪਾਰਟੀ ਉਹਨਾਂ ਉੱਤੇ ਇੱਕ ਰੇਪ ਦਾ ਦੋਸ਼ ਲੱਗਦਾ ਕਿ ਇੱਕ ਔਰਤ ਕਹਿੰਦੀ ਆ ਕਿ ਮੇਰੇ ਨਾਲ 10 ਤੋਂ 12 ਵਾਰ ਉਹਨਾਂ ਨੇ ਇਸ ਤਰ੍ਹਾਂ ਕੀਤਾ ਪੈਸੇ ਵੀ ਮੇਰੇ ਉਹਨਾਂ ਨੇ ਲੈਣ ਦੇਣ ਦੇ ਚੱਕਰ ਦੇ ਵਿੱਚ ਮਸਲਾ ਇੱਥੇ ਹੈ ਕੀ ਆ ਕਿਸੇ ਵਿਦਵਾਨ ਦੀ ਮੈਂ ਇੱਕ ਗੱਲ ਪੜ੍ਹੀ ਸੀ ਕਿ ਜਦੋਂ ਸਾਡੀ ਇਨਸਾਨ ਦੀ ਜਿਹੜੀ ਫਿਤਰਤ ਆ ਉਹ ਇਹ ਆ ਕਿ ਜਦੋਂ ਸਾਡੀ ਆਪ ਦੀ ਕੋਈ ਗਲਤੀ ਹੁੰਦੀ ਆ ਤਾਂ ਅਸੀਂ ਬਹੁਤ ਜਲਦੀ ਵਕੀਲ ਬਣ ਜਾਂਦੇ ਹਾਂ ਅਤੇ ਜਦੋਂ ਕਿਸੇ ਦੀ ਗਲਤੀ ਹੁੰਦੀ ਆ ਤਾਂ ਅਸੀਂ ਬਹੁਤ ਜਲਦੀ ਜੱਜ ਬਣ ਜਾਂਦੇ ਹਾਂ ਸੋ ਮੈਂ ਦੇਖ ਰਿਹਾ ਕਿੰਨੇ ਦਿਨਾਂ ਤੋਂ ਜਿਹੜੀਆਂ ਇੰਟਰਵਿਊਜ਼ ਹੋ ਰਹੀਆਂ ਨੇ ਉਹ ਲੇਡੀਜ਼ ਦੀਆਂ ਜਾਂ ਉਹਨਾਂ ਦੇ ਵਿਰੋਧੀਆਂ ਦੀਆਂ ਤਾਂ ਥੱਲੇ ਲੋਕ ਕਮੈਂਟਾਂ ਦੇ ਵਿੱਚ ਬੜੀ ਹੀ ਭੱਦੀ ਸ਼ਬਦਾਵਲੀ ਵਰਤ ਰਹੇ ਨੇ ਸਾਰਿਆਂ ਲਈ ਸਿਮਰਜੀਤ ਬੈਂਸ ਲਈ ਉਸ ਲੇਡੀਜ਼ ਲਈ ਉਹਦੇ ਪਰਿਵਾਰ ਲਈ ਸਾਰਿਆਂ ਲਈ ਸ਼ਬਦਾਵਲੀ ਇੱਕ ਕਹਿ ਸਕਦੇ ਚੰਗੀ ਹੋਣੀ ਚਾਹੀਦੀ ਆ ਠੀਕ ਆ ਤੁਸੀਂ ਉਸ ਗੱਲ ਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ ਇਹ ਜਾਂਚ ਦਾ ਵਿਸ਼ਾ ਸਾਰਾ ਕੁਝ ਸਾਹਮਣੇ ਆ ਜਾਣਾ ਸਮੇਂ ਦੇ ਨਾਲ ਪਰ ਜਿਹੜੀ ਸੱਭਿਅਕ ਆ ਭਾਸ਼ਾ ਜਿਹੜੀ ਆ ਉਹ ਸੱਭਿਅਕ ਹੋਣੀ ਚਾਹੀਦੀ ਆ ਚਾਹੇ ਉੱਥੇ ਲੇਡੀਜ਼ ਦੀ ਗਲਤੀ ਆ ਜਾਂ MLA ਸਾਹਿਬ ਦੀ ਗਲਤੀ ਆ ਮੈਨੂੰ ਲੱਗਿਆ ਕਿ ਕਾਫੀ ਇੰਟਰਵਿਊਜ਼ ਹੋਣ ਤੋਂ ਬਾਅਦ ਇੱਕ ਇਨਸਾਨ ਵਿੱਚੋਂ ਗੁੰਮ ਜਿਹਾ ਸੀ ਉਹਨਾਂ ਨੇ ਲੰਬਾ ਸਮਾਂ ਸਿਮਰਜੀਤ ਸਿੰਘ ਬੈਂਸ ਨਾਲ ਕੱਟਿਆ 14 ਸਾਲ ਬਹੁਤ ਸਮਾਂ ਲੰਬਾ ਹੁੰਦਾ 14 ਸਾਲ MLA ਸਾਹਿਬ ਦੇ ਨਾਲ ਰਹੇ ਭਰਾ ਬਣੇ ਹੋਏ ਸੀ ਪੱਗ ਵੱਟ ਭਰਾ ਸੀ ਨਾਮ ਦੇ ਨਾਲ ਜਸਵਿੰਦਰ ਰਾਜੇ ਦੀ ਜਗ੍ਹਾ 'ਤੇ ਬੈਂਸ ਲਗਵਾ ਰਹੇ ਸੀ ਉਹ ਕੁਛ ਸਮੇਂ ਤੋਂ ਸਿਮਰਜੀਤ ਸਿੰਘ ਬੈਂਸ ਤੋਂ ਪਿੱਛੇ ਹਟੇ ਹੋਏ ਨੇ ਮੈਂ ਉਹਨਾਂ ਤੋਂ ਪਹੁੰਚਿਆ ਅਤੇ ਉਹਨਾਂ ਨਾਲ ਗੱਲ ਕਰਦਾ ਕਿ ਤੁਸੀਂ ਇੰਨਾ ਲੰਬਾ ਸਮਾਂ ਉੱਥੇ ਰਹੇ ਹੋ ਕੀ ਇੱਦਾਂ ਦਾ ਕੁਛ ਉਦੋਂ ਵੀ ਹੁੰਦਾ ਸੀ ਜਾਂ ਇਹ ਵਾਕਈ ਹੀ ਝੂਠੇ ਇਲਜ਼ਾਮ ਲਗਾਏ ਗਏ ਨੇ ਜਾਂ ਇਹਨਾਂ ਇਲਜ਼ਾਮਾਂ ਦੇ ਵਿੱਚ ਕੋਈ ਸੱਚਾਈ ਹੈਗੀ ਆ ਕਿ ਨਹੀਂ ਹੈਗੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਲੋਚਨ ਜੀ ਪ੍ਰਾਈਮ ਉਹਦੇ ਤੇ ਸਾਰੇ ਵਿਊਵਰਸ ਦਾ ਬਹੁਤ ਬਹੁਤ ਧੰਨਵਾਦ ਜੀ ਬੋਲਦਾ ਜਿਹੜਾ ਨਾ ਮੈਂ ਤੁਹਾਡੇ ਕੋਲ ਤਾਂ ਪਹੁੰਚਿਆ ਜੀ ਕਿ ਤੁਸੀਂ ਲੰਬਾ ਸਮਾਂ ਰਹੇ ਹੋ ਜੀ ਨਾਲ ਰਹੇ ਹੋ ਪਰਿਵਾਰਕ ਰਿਸ਼ਤੇ ਸੀਗੇ ਪਰਿਵਾਰਾਂ ਕੋਈ ਵਿਚਰਦੇ ਸੀ ਤੁਸੀਂ ਜੀ ਕਦੇ ਹੋਇਆ ਸੀ ਕਦੇ ਲੱਗਿਆ ਸੀ ਕਿ ਜਿਹੜਾ ਅੱਜ ਦੋਸ਼ ਲੱਗੇ ਨੇ ਕੋਈ ਇੱਦਾਂ ਦਾ ਕੋਈ ਉਸ ਸਮੇਂ ਵੀ ਕੋਈ ਮਾਹੌਲ ਸੀਗਾ ਇੱਦਾਂ ਦਾ ਦੇਖੋ ਜਿੰਨੀ ਦੇਰ ਮੈਂ ਨਾਲ ਇਹਨਾਂ ਦੇ ਰਿਹਾ ਜੀ ਬਟ ਮੈਂ ਕੋਈ ਝੂਠ ਵੀ ਨਹੀਂ ਕਹੂੰਗਾ ਇੱਕੋ ਦੋ ਵਾਰੀ ਕਈ ਵਾਰੀ ਕਿਸੇ ਨੇ ਕੋਈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਬਟ ਸਾਹਮਣੇ ਇੱਦਾਂ ਦੀ ਕੋਈ ਚੀਜ਼ ਨਹੀਂ ਆਈ
ਤੁਹਾਡੇ ਸਾਹਮਣੇ ਕੋਈ ਅੱਖਾਂ ਦੇ ਨਹੀਂ ਆਇਆ ਨਹੀਂ ਕਦੇ ਵੀ। ਦੇਖੋ ਸਾਡਾ ਜਿਹੜਾ ਸੰਬੰਧ ਰਿਹਾ ਵੀ ਜਿੰਨੀ ਦੇਰ ਤੱਕ ਸਮਾਜਿਕ ਹੈਗਾ, ਸਮਾਜ ਦੇ ਕੰਮਾਂ ਦਾ ਹੈਗਾ, ਉਨੀ ਦੇਰ ਮਿਲਣਾ ਗਿਲਣਾ ਔਰ ਸਮਾਜ ਦੇ ਕੰਮ ਕਰਨੇ, ਜਾ ਕੇ ਲੋਕਾਂ ਦੇ ਕੰਮ ਕਰਨੇ, ਜਿਹਦੇ 'ਚੋਂ ਅਸੀਂ ਇੱਕ ਆਵਾਜ਼ ਬਣਾ ਕੇ ਕੱਢਿਆ ਵੀ ਅਸੀਂ ਲੋਕਾਂ ਦੇ ਕੰਮ ਕਰਦੇ ਹਾਂ। ਮੈਂ ਹੀ ਨਹੀਂ, ਮੇਰੇ ਨਾਲ ਹੋਰ ਵੀ ਬਹੁਤ ਸਾਥੀ ਨੇ, ਬਟ ਕਈ ਵਾਰੀ ਜਿਵੇਂ ਬੜੇ ਇਹਨਾਂ ਦੇ ਵਿਰੋਧੀਆਂ ਨੇ ਜਾਂ ਇਹਨਾਂ ਦੇ ਗਲੀ ਮੁਹੱਲੇ ਜਾਂ ਹੋਰ ਬੜੇ ਅਗਲੇ ਪਿਛਲੇ ਸਾਥੀਆਂ ਨੇ ਕਹਿਣਾ ਇਹ ਤਾਂ ਇੱਦਾਂ ਰਹੇ ਨੇ ਉੱਦਾਂ ਰਹੇ ਨੇ, ਜਦੋਂ ਉਹਨਾਂ ਨੇ ਕਹਿਣਾ ਕੋਈ ਸਬੂਤ ਲੈ ਕੇ ਆਓ ਜਾਂ ਕੋਈ ਵਿਕਟਮ ਲੈ ਕੇ ਆਓ, ਪਰ ਇੱਦਾਂ ਤਾਂ ਕੋਈ ਸਾਹਮਣੇ ਨਹੀਂ ਆਇਆ, ਨਾ ਹੀ ਕੋਈ ਲੈ ਕੇ ਆਇਆ। ਮਤਲਬ ਇਹ ਕਹਿ ਸਕਦੇ ਵੀ ਤੁਹਾਡੇ ਅੱਖਾਂ ਦੇ ਸਾਹਮਣੇ ਕੋਈ ਇੱਦਾਂ ਦੀ ਗੱਲ ਤਸ਼ਰੀਹ ਨਹੀਂ ਨਹੀਂ ਵਾਪਰੀ? ਦੇਖੋ ਕਿਸੇ ਨੂੰ ਦੋਸ਼ ਲਾਣਾ ਔਰ ਸਾਹਮਣੇ ਖੜਨਾ ਬੜੀ ਵੱਡੀ ਗੱਲ ਹੁੰਦੀ ਹੈ। ਲੋਕ ਅਪਰੋਚ ਕਰਦੇ ਤੁਸੀਂ ਐਵੇਂ ਇਹਨਾਂ ਵਾਸਤੇ ਕਿ ਨਾਲ ਤੁਰੇ ਫਿਰਦੇ ਹੋ, ਇਹ ਇੱਦਾਂ ਦੇ ਨੇ ਉੱਦਾਂ ਦੇ ਨੇ, ਇਹਨਾਂ ਦੇ ਪਰਿਵਾਰ ਦੇ ਜੀ ਨੇ ਵੀ ਮੈਨੂੰ ਗੱਲ ਕੀਤੀ ਕਿਸੇ ਨੇ, ਪਰ ਜਦੋਂ ਉਹਨੂੰ ਮੈਂ ਕਿਹਾ ਵੀ ਕੋਈ ਗੱਲ ਸਬੂਤ ਲੈ ਕੇ ਆਓ ਸਾਹਮਣੇ ਜਾਂ ਕੁਛ ਹੈ ਤੇ ਅਸੀਂ ਜ਼ਰੂਰ ਗੱਲ ਕਰਾਂਗੇ। ਨਹੀਂ ਮਤਲਬ ਗੱਲਾਂ ਸੁਣਨ 'ਚ ਜ਼ਰੂਰ ਆਉਂਦੀਆਂ ਸੀਗੀਆਂ ਤੁਹਾਡੇ, ਕਈਆਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਪਰ ਪ੍ਰੂਫ ਜਾਂ ਸਬੂਤ ਜਾਂ ਸਾਹਮਣੇ ਕੋਈ ਆਇਆ ਨਹੀਂ, ਆਇਆ ਨਹੀਂ ਸੀ। ਜਿਹੜਾ ਅੱਜ ਇਹ ਘਟਨਾ ਆਈ ਆ ਸਾਹਮਣੇ, ਬਹੁਤ ਵੱਡੇ ਇਲਜ਼ਾਮ ਨੇ, ਕਿੱਦਾਂ ਦੇਖਦੇ ਹੋ ਇਹਨੂੰ? ਦੇਖੋ ਬਹੁਤ ਸ਼ਰਮਨਾਕ ਗੱਲ ਆ ਕਿਸੇ ਵੀ, ਦੇਖੋ ਮੈਂ ਬੈਂਸ ਸਾਹਿਬ ਦੇ ਨਾਲ ਰਿਹਾ, ਮੇਰੀ ਵਿਚਾਰਕ ਤੌਰ 'ਤੇ ਜਾਂ ਉਹਨਾਂ ਦੇ ਕੰਮਾਂ ਪ੍ਰਤੀ ਜਿੱਦਾਂ ਦੇ ਹਾਲਾਤ ਬਣ ਗਏ ਮੈਂ ਉਹਨਾਂ ਦਾ ਵਿਰੋਧੀ ਹੋ ਸਕਦਾ, ਪਰ ਇੱਦਾਂ ਦੀ ਦੂਸ਼ਣਬਾਜ਼ੀ ਜਾਂ ਮੈਂ ਅੱਜ ਤੱਕ ਨਾ ਪਰਿਵਾਰਕ ਜਾਂ ਕਿਰਦਾਰਕ ਤੌਰ 'ਤੇ ਪਹਿਲਾਂ ਵੀ ਨਹੀਂ ਕੀਤੀ। ਹਾਂ ਰਾਜਨੀਤਿਕ ਤੌਰ 'ਤੇ ਇਮਾਨਦਾਰੀ ਦਾ ਮਖੋਟਾ ਜਿਹੜਾ ਪਾ ਕੇ ਉਹ ਕਰਨ ਦੀ ਕੋਸ਼ਿਸ਼ ਕਰਦੇ, ਉਹਨੂੰ ਮੈਂ ਭੰਡਣ ਦੀ ਕੋਸ਼ਿਸ਼ ਕੀਤੀ ਆ, ਲੋਕਾਂ ਦੇ ਸਾਹਮਣੇ ਮੈਂ ਤੱਥ ਲੈ ਕੇ ਆਇਆ ਔਰ ਉਹ ਗੱਲਾਂ ਮੈਂ ਲੋਕਾਂ ਦੀ ਕਚਹਿਰੀ 'ਚ ਵੀ ਲੈ ਕੇ ਗਿਆ ਔਰ ਉਹਨਾਂ ਗੱਲਾਂ ਦਾ ਜਵਾਬ ਵੀ ਬੈਂਸ ਸਾਹਿਬ ਕੋਲ ਕੋਈ ਨਹੀਂ ਹੈ, ਨਾ ਅੱਜ ਤੱਕ ਉਹਨਾਂ ਨੇ ਮੇਰੇ ਬਾਰੇ ਕੋਈ ਬੋਲਿਆ, ਨਾ ਮੇਰੀਆਂ ਗੱਲਾਂ ਦਾ ਜਵਾਬ ਦਿੱਤਾ ਔਰ ਮੈਂ ਖੁੱਲ੍ਹਾ ਸੱਦਾ ਵੀ ਦਿੱਤਾ। ਮੈਂ ਤਾਂ ਉਹਨਾਂ ਨੂੰ ਕਿਹਾ ਵੀ ਜਿਹੜੀ ਮਰਜ਼ੀ ਜਗ੍ਹਾ 'ਤੇ ਡਿਬੇਟ ਕਰ ਲਓ, ਨਹੀਂ ਡਿਬੇਟ ਕਰਨੀ, ਮੈਂ ਤਾਂ ਇੱਥੋਂ ਤੱਕ ਕਿਹਾ ਤੁਸੀਂ ਦਰਬਾਰ ਸਾਹਿਬ ਚੜ੍ਹੋ, ਬਜ਼ੁਰਗ ਮਾਤਾ ਆਪਣੇ ਲੈ ਜਾਓ, ਉਹਨਾਂ ਦੇ ਹੱਥ ਰੱਖੋ, ਮੈਂ ਵੀ ਹੱਥ ਰੱਖਦਾ, ਦੁੱਧ ਦਾ ਦੁੱਧ ਪਾਣੀ ਪਾਣੀ ਕਰਦਾ। ਉਹ ਕਿਹੜਾ ਕੀ ਵਿਸ਼ਾ ਸੀਗਾ ਜਿਹਦੇ ਤੇ ਤੁਸੀਂ ਸੌਂ ਖਾਣ? ਜਿਵੇਂ ਉਹ ਆਪਣੇ ਆਪਣੀ ਇਮਾਨਦਾਰੀ ਦਾ ਮਖੋਟਾ ਪਾਇਆ ਹੋਇਆ, ਦੱਸਦੇ ਨੇ ਵੀ ਮੈਂ ਇਮਾਨਦਾਰ ਹਾਂ, ਪਰ ਜਿੰਨੇ ਅਸੀਂ ਮੁੱਦੇ ਕੀਤੇ, ਜਿੰਨੇ ਸਟਿੰਗ ਓਪਰੇਸ਼ਨ ਕੀਤੇ, ਕਿਸੇ ਦਾ ਕੋਈ ਹੱਲ ਹੀ ਨਹੀਂ ਨਿਕਲਿਆ, ਲੋਕਾਂ ਦੇ ਮੁੱਦੇ ਨਹੀਂ ਹੱਲ ਹੋ ਰਹੇ। ਉਹਨਾਂ ਵਾਸਤੇ ਅਸੀਂ ਲੋਕਾਂ ਤੋਂ ਵੋਟਾਂ ਮੰਗੀਆਂ, ਜਦੋਂ ਉਹਨਾਂ ਨੂੰ ਕਹਿੰਦੇ ਆ ਵੀ ਇਹ ਡਿਵੈਲਪਮੈਂਟ ਦਾ ਕੰਮ ਹੀ ਕਰਨਾ ਤੇ ਹਲਕੇ ਦੇ ਲੋਕਾਂ ਵਾਸਤੇ ਕੋਈ ਡਿਵੈਲਪਮੈਂਟ ਹੈ ਨਹੀਂ। ਪਰ ਇੱਥੇ ਦੇਖਿਆ ਜਾਵੇ ਕਿ ਉਹ ਜਿਹੜੀ ਔਰਤ ਆ ਉਹ ਕਹਿੰਦੀ ਆ ਵੀ ਮੇਰੇ ਨਾਲ ਇੱਦਾਂ ਹੋਇਆ, ਸਾਰਾ ਉੱਥੇ ਬੁਲਾਇਆ, ਉਹ ਜਿਹੜਾ ਰੂਮ ਦੀ ਗੱਲ ਕਰਦੀ ਆ ਕਿ ਕੋਈ ਇੱਦਾਂ ਦਾ ਹੈਗਾ ਉੱਥੇ ਰੂਮ? ਬਿਲਕੁਲ ਹੈਗਾ ਜੀ, ਜਿਹੜਾ ਬੈਂਸ ਸਾਹਿਬ ਦਾ ਦਫ਼ਤਰ ਹੈ ਔਰ ਜਥੇਦਾਰ ਜੀ ਦਾ ਦਫ਼ਤਰ ਹੈ, ਦੋਨਾਂ ਦਫ਼ਤਰ ਦੇ ਵਿਚਕਾਰ ਇੱਕ ਰੂਮ ਹੈ ਜਿਹਦੇ 'ਚ ਇੱਕ ਛੋਟਾ ਸੋਫਾ ਲੱਗਾ ਹੋਇਆ ਅਤੇ ਚੇਅਰਸ ਲੱਗੀਆਂ ਹੋਈਆਂ 4-5, ਅਤੇ ਉਹ ਜਿਹੜੇ ਕੈਬਿਨ ਨੂੰ ਦੋਨੋਂ ਪਾਸੋਂ ਰਸਤਾ ਆਉਂਦਾ, ਪਿਛਲੇ ਪਾਸੋਂ ਵੀ, ਪਬਲਿਕਲੀ ਵੀ ਹੈਗਾ, ਇੱਧਰੋਂ ਵੀ ਹੈਗਾ। ਉਹਦੇ 'ਚ ਇਹ ਹੁੰਦਾ ਜਦੋਂ ਕਿਸੇ ਨੂੰ ਖਾਸ ਮਿਲਣਾ ਹੁੰਦਾ, ਜਿਵੇਂ ਕੋਈ ਸਪੈਸ਼ਲ ਪਰਸਨ ਆ ਗਏ, ਕੋਈ ਓਫੀਸ਼ੀਅਲ ਆ ਗਿਆ ਜਾਂ ਕੋਈ ਲੀਡਰ ਆ ਗਿਆ ਜਾਂ ਜਿਹਦੇ ਨਾਲ ਬਹਿਣਾ ਹੁੰਦਾ, ਅਤੇ ਉਸ ਦਫ਼ਤਰ 'ਚ ਬਹਿ ਕੇ ਗੱਲਬਾਤ ਕਰਨ ਲਈ ਰੱਖਿਆ ਹੋਇਆ। ਜਿਹੜੀ ਚੈਟ ਅਤੇ ਕਾਲ ਰਿਕਾਰਡਿੰਗ ਆ, ਉਹ ਬੈਂਸ ਸਾਹਿਬ ਨੇ ਕਿਹਾ ਕਹਿੰਦੇ ਮੈਂ ਕਦੋਂ ਮੁੱਕਰਿਆ ਵੀ ਮੇਰੀ ਨਹੀਂ ਹੈਗੀ, ਮੈਂ ਕਹਿੰਦਾ ਹੈਗੀ ਆ ਜੀ, ਪਰ ਤੁਸੀਂ ਇੰਨਾ ਲੰਬਾ ਸਮਾਂ ਨਾਲ ਰਹੇ ਹੋ, ਕਦੇ ਇਹਨਾਂ ਨੇ ਆਪਦੇ ਫੋਨ ਤੋਂ ਇੱਦਾਂ ਦੀਆਂ ਕਾਲ ਲੋਕਾਂ ਹੋਰਾਂ ਨੂੰ ਵੀ ਕੀਤੀਆਂ ਸੀਗੀਆਂ ਕਿ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਕਿ ਆਓ 15 ਮਿੰਟ 'ਚ, ਚਾਹੇ ਕਿਸੇ ਕੰਮ ਵਾਸਤੇ ਕਹਿ ਸਕਦੇ? ਨਹੀਂ ਜੀ, ਆਪਦੇ ਫੋਨ ਤੋਂ ਕਰਦੇ ਸੀ ਕਾਲ? ਨਹੀਂ ਜੀ ਨਹੀਂ, ਦੇਖੋ ਬੈਂਸ ਸਾਹਿਬ ਦਾ ਜਿਹੜਾ ਨੰਬਰ ਹੈ, ਦੋ ਨੰਬਰ ਚੱਲਦੇ ਸੀ, ਇੱਕ ਤਾਂ ਓਫੀਸ਼ਲੀ ਹੈਗਾ ਜਿਹੜਾ ਪੀਏ ਕੋਲ ਤਕਰੀਬਨ ਰਹਿ ਰਿਹਾ, ਇੱਕ ਜਿਹੜਾ ਉਹਨਾਂ ਕੋਲ ਪਰਸਨਲ ਨੰਬਰ ਹੈ, ਠੀਕ ਹੈ ਨਾ, ਉਹ ਉਹਨਾਂ ਦੇ ਹੱਥ 'ਚ ਹੀ ਰਹਿੰਦਾ ਸੀਗਾ। ਅੱਛਾ, ਉਹ ਤਕਰੀਬਨ ਕਦੀ ਕਿਸੇ ਨੂੰ ਫੋਨ ਨਾ ਦਿੱਤਾ ਨਾ ਕੁਛ, ਮੈਂ ਇੰਨੀ ਦੇਰ ਨਾਲ ਰਿਹਾ ਤਾਂ ਮੈਨੂੰ ਵੀ ਨਹੀਂ। ਹਾਂ ਇੰਡੋਰੇਸ਼ਨ ਜਦੋਂ ਕਿਤੇ ਕੋਈ ਜਾਣਾ ਲਾਈਵ ਕਰਨਾ ਤਾਂ ਉਦੋਂ ਜ਼ਰੂਰ ਦਿੱਤਾ ਉਸ ਫੋਨ ਤੋਂ ਕਰਤਾ, ਜਾਂ ਉਹਨਾਂ ਦੇ ਨਾਲ ਦੇ ਜਿਹੜੇ ਮੁੰਡੇ ਰੱਖੇ ਨੇ ਜਾਂ ਜਿਹੜਾ ਪੀ ਏ 'ਚ ਹੈਗੇ ਆ, ਉਹ ਆਪਣੇ ਉਹਨਾਂ ਦੀ ਆਈਡੀ ਤੋਂ ਲਾਈਵ ਕਰਨ ਲਈ ਉਹਨਾਂ ਨੂੰ ਨਹੀਂ ਦਿੰਦੇ ਸੀ। ਔਰ ਦੂਜੀ ਸਭ ਤੋਂ ਵੱਡੀ ਗੱਲ, ਬੈਂਸ ਸਾਹਿਬ ਨੇ ਤਕਰੀਬਨ ਹਰ ਬੰਦੇ ਨੇ ਇੱਕੋ ਗੱਲ ਕਹੀ ਸੀ, ਅਗਰ ਕੋਈ ਤੁਹਾਡਾ ਕੰਮ ਹੈ, ਮੈਂ ਬਿਜ਼ੀ ਹਾਂ, ਫੋਨ ਨਹੀਂ ਚੱਕਦਾ, ਤਾਂ ਮੈਨੂੰ ਤੁਸੀਂ ਟੈਕਸਟ ਮੈਸੇਜ ਕਰਨਾ। ਇਹ ਮੈਂ ਅਗਰ ਜਿਹੜੀ ਗੱਲ ਕਹਿ ਰਿਹਾ, ਜਿਹੜੇ ਲੋਕ ਤੁਹਾਡੇ ਮਾਧਿਅਮ ਦੇਖਣਗੇ, ਬਹੁਤ ਸਾਰੇ ਐਸੇ ਲੋਕ ਹੋਣੇ, ਉਹ ਦੱਸਣਗੇ, ਉਹ ਕਹਿੰਦੇ ਵੀ ਵਟਸਐਪ 'ਤੇ ਲੋਕ ਨੰਬਰ ਲੈ ਲੈਂਦੇ, ਭੇਜੀ ਜਾਂਦੇ ਮੈਸੇਜ, ਮੈਂ ਦੇਖਦਾ ਨਹੀਂ ਹੈਗਾ, ਪਰ ਸਪੈਸ਼ਲੀ ਕਿਸੇ ਪਰਸਨ ਨੂੰ ਮੈਸੇਜ ਕਰਨਾ, ਇਹ ਸਭ ਤੋਂ ਵੱਡੀ ਗੱਲ। ਉਹੀ ਮੈਂ ਕਹਿਣ ਲੱਗਿਆ ਨਾ ਜੀ ਵੀ ਤੁਸੀਂ ਇੰਨਾ ਟਾਈਮ ਨਾਲ ਰਹੇ ਹੋ ਕਿ ਉਹ ਹੋਰ ਜਿੰਨੇ ਲੋਕਾਂ ਤੋਂ ਲੇਡੀਜ਼ ਕੰਮ ਕਰਵਾਉਣ ਆਉਂਦੇ ਸੀ ਜਾਂ ਲੋਕ ਆਉਂਦੇ ਸੀ, ਆਪਦੇ ਪਰਸਨਲ ਨੰਬਰ ਤੋਂ ਇੱਦਾਂ ਕਰਦੇ ਸੀ ਕਾਲ ਕਿ ਆਓ 15 ਮਿੰਟ 'ਚ? ਦਫ਼ਤਰ ਦੇ ਫੋਨ ਤੋਂ ਫੋਨ ਹੀ ਕੀਤਾ ਜਾਂਦਾ, ਜ਼ਿਆਦਾਤਰ ਦਫ਼ਤਰ ਦੇ ਫੋਨ ਤੋਂ ਫੋਨ ਕੀਤਾ ਜਾਂਦਾ, ਜੇ ਦਫ਼ਤਰ ਬੈਠੇ ਆ ਤਾਂ, ਉਹ ਦਫ਼ਤਰ 'ਚ ਰਸ਼ ਹੀ ਇੰਨਾ ਹੁੰਦਾ, ਉਹਦੇ 'ਚ ਇੰਨਾ ਕੋਲ ਇੰਨਾ ਕੁ ਸਮਾਂ ਮੈਨੇਜ ਹੁੰਦਾ ਵੀ ਕਿਸੇ ਨੂੰ ਕਹਿ ਦਈਏ ਤੁਸੀਂ ਕੈਬਿਨ 'ਚ ਜਾ ਕੇ ਬੈਠੋ, ਇਹ ਤਾਂ ਬੜਾ ਵੱਡਾ ਵਿਸ਼ੇ ਵਾਲੀ ਗੱਲ ਹੈ। ਸਪੈਸ਼ਲ ਕਿਸੇ ਪਰਸਨ ਨੂੰ ਕਦੇ ਕੀਤਾ? ਨਹੀਂ ਜੀ ਨਹੀਂ, ਇੱਦਾਂ ਦਾ ਕੋਈ ਨਹੀਂ ਵੀ ਕੋਈ ਸਪੈਸ਼ਲ, ਲੇਡੀਜ਼ ਨਹੀਂ ਕੋਈ ਸਪੈਸ਼ਲ ਹੈ ਨਹੀਂ, ਆਮ ਪਬਲਿਕ ਵਾਂਗ ਕੰਮ ਕਰਾਉਣ ਆਈ, ਉਹਨੂੰ ਸਪੈਸ਼ਲੀ ਕਿਉਂ ਕਿਹਾ ਜਾ ਰਿਹਾ ਤੂੰ ਕੈਬਿਨ 'ਚ ਪਿਆ? ਇਹ ਸਵਾਲ ਉੱਠਦਾ, ਬਿਲਕੁਲ ਉੱਠਦਾ। ਪਰ ਉਹ ਆਡੀਓ ਬੈਂਸ ਸਾਹਿਬ
ਉਹਦੇ ਲਈ ਇਹੋ ਜਿਹੇ ਮਸਲਿਆਂ ਨੂੰ ਮੈਂ ਕਈ ਵਾਰੀ ਪਹਿਲੇ ਵੀ ਜਦੋਂ ਨਾਲ ਲਿਆ ਵੀ ਕਿਹਾ ਵੀ ਮਹਿਲਾ ਵਿੰਗ ਦੇ ਮਹਿਲਾ ਦੇ ਕੰਮ ਜਿਹੜੇ ਮਹਿਲਾ ਨੂੰ ਦਿਓ ਜਦੋਂ ਮਹਿਲਾਵਾਂ ਇੱਕ ਦੂਜੇ ਨਾਲ ਜੁੜਨਗੀਆਂ ਕੋਈ ਕੰਮ ਕਰਨਗੀਆਂ ਅਗਲੇ ਲੋਕਾਂ ਦਾ ਹੱਲ ਹੋਊਗਾ ਕਿਉਂਕਿ ਕਈ ਵਾਰੀ ਪਰਿਵਾਰਕ ਜਾਂ ਕਈ ਵਾਰੀ ਐਸੇ ਸਮਾਜਿਕ ਗੱਲਾਂ ਆ ਜਾਂਦੀਆਂ ਨੇ ਲੇਡੀਜ਼ ਝਿਜਕਦੀਆਂ ਗੱਲ ਹੀ ਨਹੀਂ ਕਰਦੀਆਂ ਕਿਉਂ ਬੈਂਸ ਉੱਥੇ ਜਿਵੇਂ ਬੈਠੇ ਨੇ ਪੰਜ ਸੱਤ ਬੰਦੇ ਅੱਗੇ ਚੇਲੇ ਪਾਏ ਜਾਂ ਹੋਰ ਬੰਦੇ ਪਾਏ ਲੋਕਾਂ ਨੂੰ ਦਿਖਾਉਣ ਬੜਾ ਕੰਮ ਹੈ ਬਾਹਰੋਂ ਲੋਕ ਦਰਵਾਜ਼ੇ ਖੜਕਾਉਂਦੇ ਮਰਜ਼ੀ ਨਾਲ ਅੰਦਰ ਵਾੜਦੇ ਨੇ ਮਰਜ਼ੀ ਨਾਲ ਨਹੀਂ ਜਿਹੜੀ ਚਲੋ ਬੈਂਸ ਸਾਹਿਬ ਦੀ ਉਹ ਆਡੀਓ ਇਦਾਂ ਦੀ ਨਹੀਂ ਸਾਹਮਣੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਕੈਬਨ 'ਚ ਬੈਠੋ ਨਹੀਂ ਚੈਟ ਦੇ ਵਿੱਚ ਹੈ ਨਾ ਚੈਟ ਦੇ ਵਿੱਚ ਚਲੋ ਤੁਸੀਂ ਉਹ ਚਲੋ ਉਸ ਗੱਲ ਨੂੰ ਛੱਡੋ ਸਭ ਤੋਂ ਵੱਡੀ ਗੱਲ ਜ਼ਰੂਰੀ ਹੈ ਜਿਹੜੀ ਇੱਕ ਚੀਜ਼ ਇੱਥੇ ਕਹੀ ਜਾ ਰਹੀ ਹੈ ਜਿਹੜੀ ਸਭ ਤੋਂ ਵੱਡੀ ਇੱਕ ਚੀਜ਼ ਕਹੀ ਜਾ ਰਹੀ ਹੈ ਵੀ ਜਿਹੜੀ ਲੇਡੀਜ਼ ਨੇ ਇਲਜ਼ਾਮ ਲਾਇਆ ਬੈਂਸ ਸਾਹਿਬ ਉਹਨੂੰ ਭਾਬੀ ਦੇ ਘਰ ਕਿਉਂ ਸੱਦ ਰਹੇ ਨੇ ਕੋਈ ਇਹ ਵੀ ਤਾਂ ਜਵਾਬ ਦੇਵੇ ਨਾ ਮੈਂ ਕੋਈ ਦੋਸ਼ ਨਹੀਂ ਲਾ ਰਿਹਾ ਵੀ ਭਾਬੀ ਦੇ ਘਰ ਸੱਦਣ ਨਾਲ ਬੈਂਸ ਸਾਹਿਬ ਦੋਸ਼ੀ ਹੋ ਗਏ ਇਸ ਮੁੱਦੇ ਮੇਰੇ ਵੇਲੇ ਇੱਕ ਗੱਲ ਸਮਝੋ ਕਿਉਂਕਿ ਵਿਸ਼ਾ ਅੱਜ ਬੈਂਸ ਸਾਹਿਬ ਤੇ ਦੋਸ਼ਾਂ ਦਾ ਨਹੀਂ ਹੈ ਵਿਸ਼ਾ ਅੱਜ ਇਹ ਹੈਗਾ ਵੀ ਕਾਨੂੰਨ ਕਿੱਥੇ ਖੜਾ ਕਾਨੂੰਨ ਦੇ ਮੁਹਾਫਿਜ਼ ਜਿਹੜੇ ਨੇ ਕਾਨੂੰਨ ਕਿੱਥੇ ਖੜਾ ਗੱਲ ਢੁਕਦੀ ਏਦਾਂ ਇੱਕ ਗੱਲਾਂ ਕਰ ਜਿਹੜੀ ਚੈਟਿੰਗ ਆ ਉਹ ਕਹਿੰਦੇ ਮੈਂ ਕਦੋਂ ਮੁੱਕ ਰਿਹਾ ਪਰ ਉਹ ਕਹਿੰਦੇ ਚੈਟਿੰਗ ਜਿਹੜੀ ਜ਼ਰੂਰੀ ਸੀ ਆਪਦੇ ਮਤਲਬ ਸੀ ਉਹ ਰੱਖ ਲਈ ਉਹ ਲੇਡੀ ਨੇ ਬਾਕੀ ਡਿਲੀਟ ਕਰਤੀ ਦੇਖੋ ਜਿਹੜੀ ਪੁਲਿਸ ਦੇ ਥਰੂ ਜਾਂ ਪੁਲਿਸ ਕੋਲ ਗਈ ਹੈ ਉਹ ਸਾਰੀ ਚੈਟਿੰਗ ਗਈ ਹੈ ਜੇ ਬੈਂਸ ਸਾਹਿਬ ਕੋਲ ਚੈਟਿੰਗ ਹੋਰ ਇਸ ਤੋਂ ਇਲਾਵਾ ਹੈਗੀ ਕਿਉਂ ਨਹੀਂ ਦਿੱਤੀ ਮੈਂ ਇੱਕ ਗੱਲ ਦਾ ਜਵਾਬ ਦਿੰਦਾ ਬੈਂਸ ਸਾਹਿਬ ਦਾ ਘਰ ਤੁਸੀਂ ਵੀ ਦੇਖਿਆ ਵਿੱਚ 7 ਫੁੱਟ ਦੀ ਗਲੀ 8 ਫੁੱਟ ਦੀ ਸਾਹਮਣੇ ਉਹਨਾਂ ਦਾ ਆਪਣਾ ਪਰਿਵਾਰ ਹੈ ਘਰ ਹੈ ਉਹਨਾਂ ਦੇ ਮਦਰ ਨੇ ਉਹਨਾਂ ਦੇ ਵਾਈਫ ਨੇ ਉਹਨਾਂ ਦੇ ਬੱਚੀਆਂ ਨੇ ਉਹਨਾਂ ਦਾ ਪਰਿਵਾਰ ਹੈ ਬੈਂਸ ਸਾਹਿਬ ਨੇ ਉਹਨੂੰ ਕਿਉਂ ਨਹੀਂ ਕਿਹਾ ਵੀ ਤੂੰ ਉਹਦੇ ਘਰੇ ਜਾ ਬੈਂਸ ਸਾਹਿਬ ਨੇ ਨਾਲ ਦੀ ਗੁਆਂਢਣ ਘਰੇ ਕਿਉਂ ਕਿਹਾ ਫਿਰ ਦੂਸਰੀ ਗੱਲ ਸਾਹਮਣੇ ਵੀ ਇੱਕ ਆਫਿਸ ਹੈਗਾ ਜਿੱਥੇ ਡਰਾਇੰਗ ਰੂਮ ਬਣਿਆ ਹੋਇਆ ਬੈਂਸ ਸਾਹਿਬ ਨੇ ਉੱਥੇ ਨਹੀਂ ਕਿਹਾ ਲੇਡੀਜ਼ ਨੇ ਅਗਰ ਦੇਖੋ ਜੇ ਹੁਣ ਕਾਨੂੰਨੀ ਗੱਲ ਮੈਂ ਵਕੀਲ ਨਹੀਂ ਹੈਗਾ ਕਾਨੂੰਨੀ ਗੱਲਾਂ ਕਰਨੀਆਂ ਉਹ ਕਹਿੰਦੇ 7:30 ਵਜੇ ਉੱਥੇ ਮੇਲਾ ਲੱਗਾ ਹੁੰਦਾ ਬੈਂਸ ਸਾਹਿਬ ਦੇ ਦਫ਼ਤਰ 6 ਵਜੇ ਤੋਂ ਬਾਅਦ ਸਟਾਫ ਨਹੀਂ ਹੁੰਦਾ ਜਿਹੜੀ ਲੜਕੀ ਸਟਾਫ ਹੈ ਸ਼ਾਮ ਨੂੰ ਬੈਂਸ ਸਾਹਿਬ ਦਾ ਸੋਮਵਾਰ ਬੁੱਧਵਾਰ ਸ਼ੁੱਕਰਵਾਰ ਸ਼ਾਮ ਦੇ ਟਾਈਮ ਅਲੱਗ ਦਫ਼ਤਰ 'ਚ ਬੈਠਦੇ ਨੇ ਸ਼ਨੀਵਾਰ ਸ਼ਿਮਲਾਪੁਰੀ ਦੇ ਦਫ਼ਤਰ 'ਚ ਬੈਠਦੇ ਨੇ ਦਫ਼ਤਰ ਸ਼ੁਰੂ ਹੁੰਦਾ 8 ਵਜੇ ਤੋਂ ਬਾਅਦ ਹੁਣ ਫਿਰ ਗੱਲਾਂ ਬਚਣ ਦੀ ਹੈ ਨਾ ਜੇ ਦੂਸ਼ਣ ਲਾਉਣਾ ਹੋਵੇ ਤਾਂ ਅਸੀਂ ਇਹ ਗੱਲ ਕਰ ਸਕਦੇ ਹਾਂ ਪਰ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਗੱਲ ਇੱਥੇ ਆ ਕੇ ਟੁੱਕਦੀ ਹੈ ਅਗਰ ਕਿਸੇ ਹਾਈ ਪ੍ਰੋਫਾਈਲ ਬੰਦੇ ਤੇ ਇਲਜ਼ਾਮ ਲੱਗ ਗਿਆ ਤੇ ਉਹਦੇ ਵਾਸਤੇ ਕਾਨੂੰਨ ਹੋਰ ਹੈ ਬਿਲਕੁਲ ਉਹਦੇ ਵਾਸਤੇ ਕਾਨੂੰਨ ਹੋਰ ਹੈ ਤੁਹਾਡੇ ਮੇਰੇ ਉੱਤੇ ਕਿਸੇ ਦੇ ਛੇੜਨ ਦਾ ਵੀ ਇਲਜ਼ਾਮ ਲੱਗਦਾ ਪੁਲਿਸ ਨਾਲ ਹੀ ਜਾ ਕੇ ਪਾ ਲੈਂਦੀ ਹੈ ਕਿਹੜੀ ਗੱਲੋਂ ਫਿਰ ਅੱਜ ਹੁਣ ਇਸ ਤੋਂ ਉੱਤੇ ਕੋਈ ਦੋਏ ਰਾਏ ਤਾਂ ਰਹਿਣਗੇ ਇਨਕੁਆਇਰੀ ਕਰ ਰਹੇ ਆ ਪੁਲਿਸ ਵਾਲੇ ਪੁਲਿਸ ਕਾਹਦੀ ਵਾਸਤੇ ਇਨਕੁਆਇਰੀ ਹੁੰਦੀ ਭਾਜੀ ਐਫ ਆਈ ਆਰ ਦਰਜ ਹੋਣ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਤੁਸੀਂ ਕ੍ਰਿਮੀਨਲ ਹੋਗੇ ਕਾਨੂੰਨ ਕੀ ਕਹਿੰਦਾ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਤੁਹਾਡੇ ਤੇ ਇਨਕੁਆਇਰੀ ਕੀਤੀ ਜਾ ਰਹੀ ਹੈ ਆਮ ਬੰਦੇ ਨੂੰ ਚੱਕ ਕੇ ਉਹਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਤਾਂ ਕਿ ਉਹ ਸਬੂਤਾਂ ਨਾਲ ਛੇੜਖਾਨੀ ਨਾ ਕਰੇ ਇਹ ਵਿਕਟਿਮ ਹੈ ਜਿਹਦੇ ਨਾਲ ਜਾਣੀ ਕਿ ਕ੍ਰਿਮੀਨਲ ਇਫੈਕਟ ਆ ਰਿਹਾ ਜਿਹਦੇ ਤੇ ਤੇ ਐਡਾ ਹਾਈ ਪ੍ਰੋਫਾਈਲ ਬੰਦਾ ਜਿਹਦੇ ਕੋਲ ਐਡੀ ਵੱਡੀ ਪਾਵਰ ਹੈ ਇੰਨਾ ਪੈਸਾ ਹੈ ਇੰਨੀਆਂ ਤਾਕਤਾਂ ਨੇ ਸਰਕਾਰ ਹੋ ਸਕਦਾ ਪੁਲਿਸ ਇਹ ਸੋਚਦੀ ਹੈ ਵੀ ਜੇ ਕਿਤੇ ਇੱਦਾਂ ਸਿੱਧੇ ਅਰੈਸਟ ਕਰ ਲਿਆ ਜਾਂ ਐਫ ਆਈ ਆਰ ਕਰ ਲਈ ਤਾਂ ਲੋਕ ਨਾ ਭੜਕੇ ਹਨ ਕਿਉਂਕਿ ਲੋਕ ਮਗਰ ਬਹੁਤ ਨੇ ਉਹਨਾਂ ਦੇ ਤੇ ਬੈਂਸ ਸਾਹਿਬ ਦੇ ਪਹਿਲੇ ਵੀ ਤਾਂ ਐਫ ਆਈ ਆਰ ਹੋਈਆਂ ਮੈਂ ਨਾਲ ਜੇਲ੍ਹ ਕੱਟੀਆਂ ਕਿੰਨੀਆਂ ਕੁ ਹੋ ਗਈਆਂ ਲੋਕ ਭੜਕਣ ਦੀ ਗੱਲ ਹੈ ਬਟਾਲਾ ਕੇਸ ਦੇ ਵਿੱਚ ਬੈਂਸ ਸਾਹਿਬ ਦੀ ਜ਼ਮਾਨਤ ਖਾਰਜ ਹੈ ਕਿਉਂ ਨਹੀਂ ਅੱਜ ਤੱਕ ਪੁਲਿਸ ਨੇ ਫੜਿਆ ਜਦੋਂ ਤੁਸੀਂ ਉੱਥੇ ਹੁੰਦੇ ਸੀ ਉਦੋਂ ਵੀ ਭਾਬੀ ਦੇ ਘਰੇ ਆਉਣ ਜਾਣ ਸੀਗਾ ਇਹਨਾਂ ਦਾ ਦੇਖੋ ਨਹੀਂ ਮੈਂ ਮੇਰੇ ਸਾਹਮਣੇ ਨਹੀਂ ਸੀ ਹਾਂ ਕਿਉਂਕਿ ਮੈਂ ਕਿਹੜਾ ਸਾਰਾ ਦਿਨ ਉਹਨਾਂ ਦੇ ਨਾਲ ਕੁਛੜ ਬੈਠਾ ਜੀ ਅਸੀਂ ਤਾਂ ਗਏ ਲੋਕਾਂ ਦਾ ਕੰਮ ਲੈ ਕੇ ਗਏ ਲੋਕਾਂ ਦਾ ਕੰਮ ਲੈ ਕੇ ਅਸੀਂ ਵਾਪਸ ਤੁਰ ਗਏ ਜਾਂ ਅਸੀਂ ਮਹਿਕਮਿਆਂ 'ਚ ਚਲੇ ਗਏ ਤੁਸੀਂ ਕਿਹੜੇ ਸਾਲ 'ਚ ਪਰੇ ਹਟੇ ਹੋ ਮੈਂ 2018 'ਚ ਜੀ 2 ਸਾਲ ਪਹਿਲਾਂ ਹੀ ਮਤਲਬ ਸੋਰੀ ਐਮਪੀ ਇਲੈਕਸ਼ਨ ਤੋਂ ਪਹਿਲਾਂ ਐਮਪੀ ਇਲੈਕਸ਼ਨ ਤੋਂ ਪਹਿਲਾਂ ਅੱਛਾ ਲੋਕਾਂ ਦਾ ਇਹ ਵੀ ਕਹਿਣਾ ਕਿ ਵੈਸ ਸਾਹਿਬ ਵੀ ਕਹਿੰਦੇ ਨੇ ਕਿ ਮੇਰੇ ਨਾਲ ਰਾਜਨੀਤੀ ਹੋ ਰਹੀ ਆ ਸਾਰੀ ਕਹਿੰਦੇ ਜੀ ਵੀ ਦੇਖੋ ਹੁਣ ਫਿਰ ਰਾਜਨੀਤੀ ਦੀ ਗੱਲ ਹੈ ਜੇ ਕਿਰਦਾਰਕ ਗੱਲ ਕੀਤੀ ਜਾ ਰਹੀ ਆ ਜੇ ਕੋ ਖੋਤੇ ਦੇ ਖੁਰ ਵਰਗਾ ਲਿਆਂਦਾ ਜਿਹਦੀ ਕੱਲ੍ਹ ਤੁਹਾਡੇ ਚੈਨਲ ਦੇ ਇੰਟਰਵਿਊ ਚੱਲੀ ਹੈ ਜਿਹੜਾ ਔਰਤ ਤੇ ਇਲਜ਼ਾਮ ਲਾ ਰਿਹਾ ਬੈਂਸ ਸਾਹਿਬ ਦੇ ਬੰਦੇ ਅਕਾਲੀ ਦਲ ਅਗਰ ਧਰਨਾ ਲਾ ਰਿਹਾ ਸੁੱਚਾ ਸਿੰਘ ਲਗਾਹ ਦੀ ਗੱਲ ਕਰ ਰਹੇ ਨੇ ਜਾਂ ਕਿਸੇ ਹੋਰ ਪ੍ਰੋਮੀਨੈਂਟ ਮਹੇਸ਼ਿੰਦਰ ਗਰੇਵਾਲ ਦੀ ਗੱਲ ਕੀਤੀ ਜਾ ਰਹੀ ਹੈ ਇਲਜ਼ਾਮ ਲਾ ਰਹੇ ਨੇ ਉਹਨਾਂ ਤੇ ਇਲਜ਼ਾਮ ਲੱਗੇ ਸੀ ਇਹਦਾ ਮਤਲਬ ਇਹ ਤਾਂ ਨਹੀਂ ਹੋ ਜਾਂਦਾ ਵੀ ਬੈਂਸ ਸਾਹਿਬ ਸੱਚੇ ਸੁੱਚੇ ਹੋ ਗਏ ਸੱਚੇ ਸੁੱਚੇ ਉਦੋਂ ਹੋਣਗੇ ਜਦੋਂ ਇਸ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਲੰਘੋਗੇ ਤਾਂ ਤੁਸੀਂ ਬਾਦਸ਼ਾਹ ਪਰੀ ਹੁੰਦੇ ਹੋ ਬਿਲਕੁਲ ਗੱਲ ਕਾਨੂੰਨ ਦੇ ਮੁਆਵਜ਼ਾ ਦੀ ਹੈ ਉਹ ਕਹਿੰਦੇ ਦੇ ਤੇ ਦੇਖੋ ਬੜੀ ਵੱਡੀਆਂ ਗੱਲਾਂ ਹੁੰਦੀਆਂ ਐਸਸੀ ਪੁਲਿਸ ਦੇ ਦਰਵਾਜ਼ੇ ਤੇ ਖੜ ਕੇ ਐਸਸੀ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਦਰ ਤੇ ਖੜ ਕੇ ਬੈਂਸ ਸਾਹਿਬ ਨੇ ਪੁਲਿਸ ਨੂੰ ਦੱਲਾ ਤੱਕ ਲਫ਼ਜ਼ ਵਰਤਿਆ ਸਵਾਲ ਇੱਥੇ ਖੜਾ ਹੁੰਦਾ ਵੀ ਬੈਂਸ ਸਾਹਿਬ ਦੇ ਅਲਫਾਜ਼ਾਂ ਤੇ ਸੱਚਾਈ ਹੈ ਕਿ ਨਹੀਂ ਹੈ ਅੱਜ ਹੁਣ ਪੁਲਿਸ ਉਸ ਜਗ੍ਹਾ ਤੇ ਖੜਦੀ ਕਿ ਨਹੀਂ ਖੜਦੀ ਤੁਸੀਂ ਇਕੱਲਾ ਬੈਂਸ ਸਾਹਿਬ ਲੱਗੇ ਦੋਸ਼ਾਂ ਨੂੰ ਦੇਖੋ ਮੈਂ ਨਹੀਂ ਪਰਵਾਹ ਕਰਦਾ ਜੇ ਕਰਨ ਤੇ ਆਵਾਂਗਾ ਮੇਰੇ ਕੋਲ ਹੋਰ ਅਪਰੋਚ ਅੱਜ ਦੇ ਸਮੇਂ 'ਚ ਵੀ ਲੇਡੀਜ਼ ਦੀ ਹੈਗੀ ਹੈ ਮੇਰੇ ਕੋਲ ਪ੍ਰੂਫ ਵੀ ਹੈਗੇ ਨੇ ਮੈਂ ਤੁਹਾਨੂੰ ਚੈਨਲ ਦੇ ਉੱਤੇ ਕਹਿ ਕੇ ਜਾ ਰਿਹਾ ਵੀ ਹੋਰ ਇੱਦਾਂ ਦੀਆਂ ਲੇਡੀਜ਼ ਆ ਜਾਣਗੀਆਂ ਸਾਹਮਣੇ ਆਉਣ ਨਾ ਮੈਨੂੰ ਅਪਰੋਚ ਕਰਕੇ ਮੇਰੇ ਕੋਲ ਉਹਨਾਂ ਦਾ ਡਾਟਾ ਪਿਆ ਉਹਨਾਂ ਨੇ ਕੀ ਕੀ ਹੋਇਆ
जे तेजा एडीसीपी तेजा के दफ्तर कोई भी समझौता होया उस लेडीज़ का नाम फोन नंबर एड्रैस घर का सारा कुछ जनता किया बैंस साहब की टीम ने इन्हें तो भी परचा सुप्रीम कोर्ट कहती है लोगों को इतराज है भी लोग लेडीज मास्क बन के आती है लोगों ने फोटो कुड़ी दियाँ कढ़तियाँ बार देखो कोई भी औरत घरों निकली है किसी वजह ना निकली है बैंस साहब सच्चे सुचे हो सकते लोगों का कहना सहमति होंगी बलात्कार भाई शोषण होंगे बलात्कार नाल वड्डा इल्जाम है जी बलात्कार तो एक छोटा इल्जाम है किसी ने एक बार चक्या तो उन्होंने कर लिया किसी का मजबूरी का फायदा चुक के उनका शोषण करना बारह बार उन्होंने बुलाना बड़ी वड्डी गल है ये जो साबित हो जाएगी उदो गल जी अगर किसी का तुम इस तरीके जिदा का औरत के इल्जाम ने तुम करते हो तो बलात्कार तो उत्ते गल है यू छोटा ना लिया जाए मैं इतने यह भी गल होर कर देना जिन्हें भी लोग बैठे ने इदा अगर किसी सच साबित हो जाता है पता नहीं किनिया औरत मूँह बंद करके बैठिया डरदिया मारिया मैं भरा मगर पै गया उन्होंने काम ही फड़ लिया बैंस साहब को कम करा आई बैंस साहब दी गल्लां होईयां चैटां होईयां एक पासे रख दिंदे ब्रदर का की लेन देन उनका नंबर है जी बिल्कुल करमजीत बैंस का नंबर है जी उन्होंने व्हाट्सएप पुलिस को भी है जी जनता मीडिया राही सामने आई है व्हाट्सएप दी पाई गई फोन नंबर करमजीत बैंस का नंबर नहीं ना शो हों फोटो शो हों कहते किसी के उ ला के कर लो तुम लड़ी लेडीज ने मीडिया राही दिता अच्छा चलो मैं थोड़ी गल मना बैंस साहब एफ आई आर करा साहब उसी टाइम यात्रा अपने साथियों के हवाले छड़ के आते कमिश्नर ऑफिस कहते भी मैं आ रखा मेरा भरा आ मैं बैठा आ बंदे जिहड़े जिन्हां दा नाम है आ साडे फोन नहीं जिहड़ी ओह भाबी दी गल करदे ओहनूं भी भाजी मैं कहना सारियां गल्लां छड़ दिओ ईमानदार हुंदे तो सारा कुछ आ के सीपीओ दे बंदे असीं उठ के उदों उत्थों जावांगे जदों तुसीं दुध दा दुध ते पानी दा पानी करोगे जी इह ईमानदारी हुंदी है नहीं ओह कहिंदे परसों दोगले चेहरे नाल ईमानदारी नहीं साबित हुंदी बयान दे के आया कहिंदे जी परसों ठीक क्यों भाजी दस दिन बाद किस गल का बयान तुहाडे ते इल्जाम लग रहे तुहानू खुला टाइम मिल रहा तुसीं किसी चीज़ नू भी मैनेज कर सकदे लेडीज़ ने कहा नहीं मेरे घरदिआं कोल गए ने सरकार तां खिलाफ लेडीज़ ने सरकार आ उहनां दी मदद कौन सर इत्थों ही तां देखण वाली इह चीज़ां कित्थों कौन एंटी है जी तुसीं देखो आपां लोक कित्थे खड़े आ जी जिहड़े मुल्क दे विच सुप्रीम कोर्ट जां संविधान दी नहीं मन्नी जा रही तुसीं असीं की आ नहीं मैं एक जगह ते सनी कैन जी नू एक चैनल ते मैं देखिआ सी कबीर ने पत्रकार ने सवाल कीता सीगा कि तुहाडे आप दे एरिए दा विकास नहीं हुंदा हैगा तुसीं दूजे एरिया दे कहने हो तो सनी कैन जी का कहना सी कहिंदे सानूं पैसा नहीं मिलता ओपोजिशन सरकार आ तो उन्हां दा कहना सीगा कि पैसा तुहानूं मिलता नहीं कोटा पत्रकार साहब ने पुछा जो कहिंदा सानूं तां तनखाह नहीं चज नाल एमएलए दिंदे ते फिर जो भाजी सरकार आ फिर मेडिकल मेडिकल क्लेम लैण दी केड्डी वड्डी इशू तुसीं भी चलाए जांदे हो 40-40 लख रुपया अपने बजुर्गां अज एंटी सरकार आ सर मेरी गल सुणो गिल साहब इह गल्लां सनी कैंथ नूं बुला लियो मैनूं बुला लियो ऑन रिकॉर्ड मैं तुहानूं आरटीआई दा जवाब नाल दे देंगा विधानसभा तो लैके जी इन्हां नूं तनखावां मिलियां ते कि तरीक नूं मिलियां ये किन्नियां कमेटियां दे मैंबर ने उत्थे जा के सिर्फ साइन करन दे इन्हां नूं किन्ने भत्ते मिलदे ने जी इन्हां ने किन्ने मैडिक्लेम लए ये बचकाणियां गल्लां ने मैं कहना तुहानूं फंड नहीं मिलिया मैं इस गल्लां समझदा 8-9 सालां दे विच बैंस साहब हलका आत्मनगर हलका साउथ लई विधानसभा च कोई भी इन्होंने मता पाया होवे भी सानू हल्के लिए डिस्पेंसरियां चाहिए ने कॉलेज चाहिए ने हस्पताल चाहिए ने पानी दे चाहिए पार्क चाहिए ने सारिया चीज़ों लिए कोई एक मता पाया हो साबित कर दें लिया के सरकार पास नहीं करती मनन योग है देखो जांच का विषय नहीं सर जांच का विषय नहीं तुम आरटीआई पाओ तुम यह छोड़ो ऑनलाइन रिकॉर्ड पे विधानसभा जाके पता करो भी कि मता कि पे ने विधानसभा सैशन चलते हैं बैंस साहब ने कभी कहा मैं अपने हल्के लिए डिमांड की मैंने पास नहीं किया गया जी देखो मैं तुहाडी गल ध्यान बैंस साहब कहते जिद्दन असीं पानी दे मुद्दे दी गल कीती तुहानूं पता पूरे देश दे विच इदां दी पटीशनां लखां करोड़ां ने अज सवेरे रेफरेंडम दी आ जांदी है पंजाब का 50 लाख बंदा सवेरे उठ के सैन कर दिंदा 2 करोड़ की आबादी है 1.25 करोड़ सिख परिवार होणगे उन्हां चों मैं कहना 40 लाख बंदा सैन कर दिंदा कि इत्थे खालिस्तान बन जूगा पटीशन इदां पाण नाल मसले हल हो जाणगे पटीशन चक के
पूरे पंजाब च घुमा के ड्रामा करके तुसीं लैके जा रहे हो इसी पटीशन इसी पानी के मुद्दे तो मैं नाल बह के सारियां वेरवे कढ़े ने 55 दे 65 तों लैके जो मैं बैंसा और इहदे च सुप्रीम कोर्ट च पार्टी बनने लई कहा सी सुप्रीम कोर्ट कहा सी भी आपां पटीशन फाइल करिए क्योंकि कानून तो उत्ते कुछ नहीं है ते बैंस साहब ने क्यों नहीं किया जे कानून दी गल भाजी मेरी गल समझो बैंस साहब सिर्फ और सिर्फ ड्रामा करके एक सिख चेहरे वजों पंजाब दे बने हुए वैक्यूम दे विच बढ़ना चाहते हैं भी मैं वड्डा चेहरा बन के उत्ते आ जाऊं जे इन्होंने यही काम करना होंदा ना पीडीए दा सत्यानाश ना बजदा वो बंदा कौन है जी जिहदी फिर जिहने तो इल्जाम लाए ने वो लेडीज ते कि मैं भी रिलेशन च बैंस साहब दा टट्टू है जी बैंस साहब दे दफ्तर भी वाली मिलिया जी धक्के खांदा उत्थे बैंस साहब को काम करांदा मैं कहना वो सच्चा भी होगा उन्दे नाल मतलब है कि बैंस साहब नूं राइट मिल गया जां तुहानूं मिल गया जां मैनूं मिल गया एक औरत दे किसे नाल निजी संबंध ने जी ठीक है ना कनूं निजी संबंध ने इहदा मतलब इह अधिकार तां नहीं मिल जांदा नहीं उत्थे इह गल सामने आउंदी है ना भी ओह जिहड़ा लेडीज सर तुहाडी तुहानूं शायद कानून दे विच किसे नूं जनता नूं इह नहीं पता अगर तुहाडी वाइफ मना कर दिंदी ना पत्नी भी मना कर दिंदी है पर उहदी मर्जी तों बगैर करदे हो ते तां वी तुसीं कानून दे दोषी हो अगर ਤੁਹਾਡੇ ਖਿਲਾਫ ਕੰਪਲੇਂਟ ਨਹੀਂ ਇਹ ਗੱਲ ਨੂੰ ਦੇਖੋ ਕਰਦਾਰ ਦਾ ਕਿ ਦੂਸਰੀ ਗੱਲ ਲੇਡੀਜ਼ ਇਦਾਂ ਹੀ ਕਰਦੀ ਆ ਬਾਹਰ ਦੂਸਰੀ ਗੱਲ ਸਭ ਤੋਂ ਵੱਡੀ ਗੱਲ ਇੱਥੇ ਮੈਂ ਸਮਝਦਾ ਵੀ ਬੈਂਸ ਸਾਹਿਬ ਤੇ ਇਲਜ਼ਾਮ ਲੱਗੇ ਨੇ ਬੈਂਸ ਸਾਹਿਬ ਕਹਿੰਦੇ ਇਲਜ਼ਾਮ ਲੱਗੇ ਤੇ ਬੈਂਸ ਸਾਹਿਬ ਸੌਂ ਖਾਣ ਆਪਣੇ ਬੱਚਿਆਂ ਦੀ ਇਹ ਸਾਬਤ ਹੋਣ ਤੋਂ ਬਾਅਦ ਮੈਂ ਔਰਤ ਤੇ ਪਰਚਾ ਕਰਾਂਗਾ ਜੀ ਮਾਨਹਾਨੀ ਦੇ ਮੁਕੱਦਮੇ ਕਰੂੰਗਾ ना कि भी किसी टेबल से सैटल हो जाए तो औरत घरे चुप करके बह जाए तो बैंस साहब एक पासे बह जाए नहीं करेंगे मैं पटीशन तैयार करी बैठा हाई कोर्ट और सुप्रीम कोर्ट लैके जाऊंगा इन उत्ते मैं चिट्ठी भी लिखन दी है दो दिन मैं सुप्रीम कोर्ट और राष्ट्रपति को पा लगा यहोजे केसा के जो मीडिया की इन्नी हाई बनती है सारा कुछ होंगे रौला रप्पा बनता है तो यह सारिया चीज़ा बाद चो दबिया जा दबिया ना जाने पुलिस की जी ड्यूटी बनती है सच नू सामने लेके आना दोषी नू अंदर करना ओ ड्यूटी पूरी होनी चाहिए ना जी तुसी कहंदे हो अगर औरत दोषी है औरत ते कारवाई होनी चाहिए थी तुसी कहंदे हो मैं झंडा चक के तुरागा बैंस साहब जो जिदन ओ साबित हो जांदे वी औरत दोषी है मैं झंडा चुकूंगा बैंस साहब जी जे औरत गलत निकलदी हां ओनू सजा बनदी ਕਹਿੰਦਾ ਤਾਂ ਕੱਲ ਨੂੰ ਤੁਹਾਡੇ ਨਾਲ ਮੇਰੇ ਨਾਲ ਕਿਸੇ ਨਾਲ ਹੋ ਗਿਆ ਜੀ ਇੱਕ ਲੋਕਾਂ ਦੇ ਚੁਣੇ ਹੋਏ ਭਾਜੀ ਤੁਹਾਡੇ ਨਾਲ ਅਸੀਂ ਵੀ ਸਮਾਜਿਕ ਹਾਂ ਸੋਸ਼ਲੀ ਤੁਰੇ ਫਿਰਦੇ ਕੱਲ ਨੂੰ ਸਾਡੇ ਤੇ ਕੁਝ ਵੀ ਇਹਦਾ ਇਲਜ਼ਾਮ ਲਾ ਸਕਦੇ ਬਿਲਕੁਲ ਇੱਕ ਚਿਹਰੇ ਨੂੰ ਬਦਨਾਮ ਕਰਨਾ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਦੇ ਬਿਲਕੁਲ ਮਾੜੀ ਗੱਲ ਮਾੜੀ ਗੱਲ ਤੇ ਤੁਸੀਂ ਕਹਿੰਦੇ ਹੋ ਵੀ ਬੈਂਸ ਸਾਹਿਬ ਨੇ ਬਾਅਦ ਚ ਕੋਈ ਉੱਤੇ ਕਾਰਵਾਈ ਨਹੀਂ ਕਰਾਉਣੀ ਮੈਂ ਤਾਂ ਕਹਿ ਰਿਹਾ ਕਿ ਸੌਂ ਖਾ ਲੈਣ ਮੈਂ ਕਾਰਵਾਈ ਸਿਰੇ ਤੱਕ ਲੈ ਕੇ ਜਾਊਂਗਾ ਦੁੱਧ ਦਾ ਪਾਣੀ ਦਾ ਪਾਣੀ ਉਦੋਂ ਹੀ ਹੋਊਗਾ ਕਿਸੇ ਅੰਡਰ ਦਾ ਟੇਬਲ ਸੈਟਿੰਗਾਂ ਹੋ ਜਾਣ ਮੁੱਦਿਆਂ ਨੂੰ ਠੰਡਾ ਕੀਤਾ ਜਾਵੇ ਠੰਡੇ ਬਸਤੇ ਪਾਇਆ ਜਾਵੇ ਕਿਸੇ ਦੀ ਜ਼ੁਬਾਨ ਬੰਦ ਹੋ ਜਾਵੇ ਲੰਬੇ ਸਮੇਂ ਲਈ ਕੀ ਹੋਊਗਾ ਮੈਂ ਤੁਹਾਨੂੰ ਦੱਸ ਦੇਣਾ ਉਹ ਲੇਡੀਜ਼ ਨੇ ਮਿੰਟੀ ਕੌਰ ਦਾ ਨਾਂ ਲਿਆ ਸੀਗਾ ਜੀ ਮਿੰਟੀ ਕੌਰ ਉਹ ਹੈ ਜਿੰਦੇ ਨਾਲ ਰੇਪ ਕੇਸ ਹੋਇਆ ਜਲੰਧਰ ਦੀ ਵਿਕਟਿਮ ਹੈ ਉਹਦੇ ਚ ਵਿਜੇ ਸਾਂਪਲਾ ਪਰਿਵਾਰ ਦਾ ਨਾਂ ਲੱਗਿਆ ਕਿੱਡਾ ਹਾਈ ਪ੍ਰੋਫਾਈਲ ਕੇਸ ਕੀਤਾ ਜੀ ਕਿੰਨੇ ਦਿਨ ਤੋਂ ਧੱਕੇ ਖਾ ਰਹੀ ਹੈ ਉਹ ਮਿੰਟੀ ਕੌਰ ਵੀ ਬੈਂਸ ਸਾਹਿਬ ਉਹਦੇ ਆਈ ਸੀ ਮੈਂ ਖੁਦ ਹਮਾਇਤ ਕੀਤੀ ਸੀ ਵੀ ਇਸ ਕੁੜੀ ਦੀ ਮਦਦ ਕਰਨੀ ਹੈ ਪਰ ਬੈਂਸ ਸਾਹਿਬ ਨੇ ਕਿਸੇ ਦੀ ਨਹੀਂ ਸੁਣੀ ਤੇ 10 ਦਿਨ ਬਾਅਦ ਸਾਨੂੰ ਵੀ ਨਹੀਂ ਸੱਦਿਆ ਗਿਆ ਤੇ ਪਤਾ ਲੱਗਿਆ ਵਿਜੇ ਸਾਂਪਲਾ ਬੈਂਸ ਸਾਹਿਬ ਦੇ ਘਰ ਆਇਆ ਬੈਂਸ ਸਾਹਿਬ ਨੇ ਰਾਸ਼ਟਰਪਤੀ ਦੀ ਵੋਟ ਬੀਜੇਪੀ ਦੇ ਹੱਕ इस गल की गवाही तुम मिंटी कोर तो लै सकते हो उन्हें अप्रोच की कि नहीं बैंस साहब मेरे ना कुछ होया मेरी मदद करो उस गल छड़ दो डोली कुड़ी लैके आती जी नशे के केसा के डीएसपी मेरे का ढिलों से जोड़े जिन्हों इल्जाम लगा अज वो कितने कुड़ी उसी कुड़ी ने किसी पहले विह करा के धोखा दिल का इल्जाम लाया वो लड़की बैंस साहब ने मेरे को भेजी सी पहले मैं उन्हें जोड़ा सहुरा परिवार उनके घर जाके आया सराबा नगर के लड़के दे रह रही सी ਵਿਆਹ ਕਰਾ ਕੇ ਉਸ ਤੋਂ ਬਾਅਦ ਉਹਦੇ ਨਾਲ ਹੋਇਆ ਵੀ ਜਦੋਂ ਲੱਗਿਆ ਵੀ ਉਹ ਨਸ਼ਾ ਲੈਂਦੀ ਹੈ ਉਹਦੇ ਕੋਈ ਇੱਦਾਂ ਦੀ ਗੱਲਬਾਤ ਹੈ ਉਹਨਾਂ ਨੇ ਪਿੱਛੇ ਹਟੇ ਅਤੇ ਉਹਦੇ ਨਾਲ ਧੋਖਾ ਕੀਤਾ ਉਹ ਕੇਸ ਮੈਂ ਸਿਰੇ ਲੈ ਗਿਆ ਸੀ ਅਤੇ ਬੈਂਸ ਸਾਹਿਬ ਨੇ ਮੁੜ ਕੇ ਡੋਲੀ ਨੂੰ ਆਪਣੇ ਦਫ਼ਤਰ ਹੀ ਬੁਲਾਇਆ ਮੁੜ ਕੇ ਸ਼ਹਿਰ ਦੇ ਪ੍ਰੋਮੀਨੈਂਟ ਬੰਦਾ ਇਸ ਟਾਈਮ ਵਧੀਆ ਰੈਂਕ 'ਤੇ ਪੁਲਿਸ ਮਹਿਕਮੇ ਦੇ ਉਹ ਆਇਆ ਉਹਨਾਂ ਦੇ ਹੋਰ ਹਲਕੇ ਦਾ ਇੱਕ ਇੰਚਾਰਜ ਆਇਆ ਸਾਰੇ ਬਹਿ ਕੇ ਉੱਥੇ ਸਮਝੌਤਾ ਹੋਇਆ ਉਹ ਕੇਸ ਨੂੰ ਖਤਮ ਕੀਤਾ ਗਿਆ ਉਹੀ ਉਹ ਕੁੜੀ ਬਾਅਦ 'ਚੋਂ ਜਾ ਕੇ ਬੈਂਸ ਸਾਹਿਬ ਸਟੇਟਮੈਂਟ ਦਵਾਉਂਦੇ ਨੇ ਅਤੇ ਉਹ ਡੀਐਸਪੀ 'ਤੇ ਪਰਚਾ ਹੋ ਜਾਂਦਾ ਬੈਂਸ ਸਾਹਿਬ ਜਾਂਦੇ ਨੇ ਆਈ ਜੀ ਉੱਪਲ ਤੇ ਕੁੜੀ ਨੂੰ ਲੈ ਕੇ ਜਾਂਦੇ ਨੇ ਉਹ ਆਈ ਜੀ ਉੱਪਲ ਤੇ ਕਾਰਵਾਈ ਹੋ ਜਾਂਦੀ ਹੈ ਤੇ ਉਹ ਅੱਜ ਬੈਂਸ ਸਾਹਿਬ ਦੇ ਖਿਲਾਫ ਕੁੜੀ ਕੋਈ ਬਲੇਮ ਲਾ ਰਹੀ ਹੈ ਤੇ ਪਰਚਾ ਕਿਉਂ ਨਹੀਂ ਪਰਚਾ ਕਿਉਂ ਨਹੀਂ ਇਹੀ ਤਾਂ ਸੀ ਤੁਹਾਨੂੰ ਤੁਸੀਂ ਕਹਿੰਦੇ ਹੋ ਜੀ ਤੁਸੀਂ ਕਹਿੰਦੇ ਹੋ ਨਹੀਂ ਜੀ ਸਰਕਾਰ ਸਾਥ ਦਿੰਦੀ ਆ ਸਰਕਾਰ ਕੈਪਟਨ ਸਰਕਾਰ ਆ ਕਾਂਗਰਸ ਸਰਕਾਰ ਆ ਉਹ ਕੌਣ ਸਾਥ ਦੇਖੋ ਸਰਕਾਰ ਸਾਥ ਦੇ ਰਹੀ ਹੈ ਕਿ ਨਹੀਂ ਦੇ ਰਹੀ ਹੈ ਸਰਕਾਰ ਹੁਣ ਦੇਖੇ ਨਾ ਸਰਕਾਰਾਂ ਤੋਂ ਕੀ ਲੈਣਾ ਆਪਾਂ ਨਹੀਂ ਆਖਰ ਨੂੰ ਫਿਰ ਵੀ ਇੱਕ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਤੁਹਾਡੀ ਗੱਲ ਮੇਰੀ ਗੱਲ ਸੁਣੋ ਮੈਂ ਤਾਂ ਨਹੀਂ ਕਹੀ ਤੁਸੀਂ ਕਹਿੰਦੇ ਸਰਕਾਰ ਸਾਥ ਰਹੀ ਇਹਦੇ ਸਰਕਾਰ ਦਾ ਤਾਂ ਕਰੋਲ ਹੀ ਹੈ ਨੇ ਨਹੀਂ ਤੁਸੀਂ ਕਹਿੰਦੇ ਹੋ ਕਾਨੂੰਨ ਦੇ ਮੁਹਾਫਿਜ਼ ਕੌਣ ਨੇ ਤੁਸੀਂ ਕਹਿੰਦੇ ਹੋ ਵੀ ਪੁਲਿਸ ਪਰਚਾ ਨਹੀਂ ਕਰ ਰਹੀ ਇਹਦਾ ਮਤਲਬ ਸਰਕਾਰਾਂ ਪਿੱਛੇ ਖੜੀਆਂ ਨੇ ਸਾਥ ਦਿੰਦੀਆਂ ਨੇ ਇੱਥੋਂ ਤੁਸੀਂ ਕੀ ਦਰਸਾਉਂਦੇ ਨੈਕਸਸ ਕਿੱਥੇ ਖੜਾ ਅਸੀਂ ਤਾਂ ਕਹਿੰਦੇ ਆ ਵੀ ਇਹ ਹੋ ਹੀ ਨਹੀਂ ਸਕਦਾ ਕਿਉਂਕਿ ਸਰਕਾਰ ਤਾਂ ਐਂਟੀ ਆ ਭਾਜੀ ਕਿੱਥੋਂ ਐਂਟੀ ਇਹ ਉਪਰੋਂ ਮਿਲਿਆ ਜੁਲਿਆ ਤਾਣਾ ਬਾਣਾ ਜੇ ਆਪਾਂ ਕਹਿੰਦੇ ਨਾ ਚਾਚੇ ਪੁੱਤ ਤੀਜੀ ਸਰਕਾਰ ਹੈ ਸੁਖਬੀਰ ਕੈਪਟਨ ਦੀ ਹੈ ਜੇ ਕਿਸੇ ਵਿਜੇ ਸਾਂਪਲਾ ਦਾ ਲੱਗਦਾ ਸਰਕਾਰ ਕਾਂਗਰਸ ਦੀ ਹੈ ਉਹਦੇ ਤੇ ਨਹੀਂ ਕਾਰਵਾਈ ਹੋ ਰਹੀ ਤਾਂ ਬਹਿਸ ਤੇ ਕਿੱਥੋਂ ਹੋ ਰਹੀ ਹੈ
ਕਾਨੂੰਨ ਕਿੱਥੇ ਖੜਾ ਸੀ ਇਹ ਦੇਖੋ ਨਹੀਂ ਇਹ ਤਾਂ ਹਮੇਸ਼ਾ ਹੀ ਕਾਂਗਰਸ ਦੇ ਅਕਾਲੀਆਂ ਦੇ ਖਿਲਾਫ ਬੋਲਦੇ ਰਹੇ ਨੇ ਉਹ ਕਦੇ ਇਹਨਾਂ ਦੇ ਇਹਨਾਂ ਦੀ ਹਮਾਇਤ ਕਰਨਗੇ ਹੋ ਸਕਦਾ ਵੀ ਅੰਦਰ ਖਾਤੇ ਇਹਨਾਂ ਨੂੰ ਸਮਰਥਨ ਦਿੱਤਾ ਹੋਵੇ ਵੀ ਆਹ ਫਲਾਣਾ ਬੰਦਾ ਸਾਡੇ ਸਰਕਾਰ 'ਚ ਬੋਲਦਾ ਇਹਦੇ ਖਿਲਾਫ ਬੋਲ ਲਓ ਕਿਉਂਕਿ ਬੈਂਸ ਸਾਹਿਬ ਤੁਹਾਨੂੰ ਲੱਗਦਾ ਵੀ ਕਿਤੇ ਵੀ ਲਾਲ ਬੱਤੀ ਵਾਲੀ ਸੀਟ 'ਤੇ ਪਹੁੰਚ ਜਾਣਗੇ ਕਦੀ ਦੁਬਾਰਾ ਆਪਣੇ ਹਲਕੇ 'ਚੋਂ ਅੱਜ ਵਿਚਰ ਕੇ ਦਿਖਾਉਣ ਲੋਕ ਤਿਆਰ ਬੈਠੇ ਨੇ ਪਰ ਮੈਂ ਤਾਂ ਦੇਖ ਰਿਹਾ ਜਿੰਨੀਆਂ ਵੀਡੀਓ ਹੋਈਆਂ ਜੀ ਲੋਕਾਂ ਨੇ ਥੱਲੇ ਕਮੈਂਟ 'ਚ ਜਨਾਨੀ ਦੀ ਅੱਛੀ ਫੇਰੀ ਪਈ ਆ ਜੀ ਮੈਂ ਦੇਖੋ ਮੈਂ ਉਹਨਾਂ ਲੋਕਾਂ ਨੂੰ ਕਹਿੰਦਾ ਤੁਹਾਡੀਆਂ ਭੈਣਾਂ ਵੀ ਤੁਹਾਡੀਆਂ ਘਰ ਦੀਆਂ ਲੇਡੀਜ਼ ਵੀ ਬਾਹਰ ਜਾਂਦੀਆਂ ਨੇ ਕਦੀ ਇਹ ਚੀਜ਼ ਜੋ ਔਰਤ ਨਾਲ ਬੀਤੀ ਹੈ ਉਹ ਸੱਚ ਹੈ ਕਿ ਝੂਠ ਔਰਤ ਜਾਣਦੀ ਹੈ ਪਰ ਇਹ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਜਾ ਕੇ ਪੁੱਛੋ ਫਿਰ ਇਸ ਗੱਲ ਦੇ ਉੱਤੇ ਆਓ ਕਿਸੇ ਨੂੰ ਗਸਤੀ ਕਹਿਣਾ ਕਿਸੇ ਨੂੰ ਇਹੋ ਜਿਹੇ ਮਾਫ਼ ਕਰਨਾ ਮੈਂ ਅਲਫਾਜ਼ ਬੋਲ ਗਿਆ ਕਿਸੇ ਨੂੰ ਉਹੋ ਜਿਹੇ ਮਾੜੇ ਸ਼ਬਦ ਬੋਲਣੇ ਚੰਗੇ ਨਹੀਂ ਹੁੰਦੇ ਹੋ ਸਕਦਾ ਉਹ ਸੱਚੀ ਦੁਖਿਆਰੀ ਹੋਵੇ ਜੀ ਤੁਸੀਂ ਲੋਕ ਬੈਂਸ ਸਾਹਿਬ ਨੂੰ ਕਹੋ ਬੈਂਸ ਸਾਹਿਬ ਅਸੀਂ ਤੁਹਾਡੇ ਨਾਲ ਆ ਤੁਸੀਂ ਇਮਾਨਦਾਰ ਸਾਨੂੰ ਕਹਿੰਦੇ ਹੋ ਅਸੀਂ ਚੱਲਦੇ ਹਾਂ ਨਾਲ ਫੋਕੀ ਸਪੋਰਟਰ ਕਿਸੇ ਬੰਦੇ ਜਾਂ ਪਾਰਟੀ ਦੇ ਨਾ ਬਣੋ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਮੈਂ ਬੈਂਸ ਦੇ ਖਿਲਾਫ਼ ਇਸ ਕਰਕੇ ਆਇਆ ਵੀ ਮੈਂ ਬੈਂਸ ਦੇ ਨਾਲ ਰਹਿ ਕੇ ਆਇਆ ਉਹਨੂੰ ਨੇੜੇ ਤੋਂ ਜਾਣਦਾ ਅਕਾਲੀ ਦਲ ਨੇ ਕੀ ਕੁਛ ਕੀਤਾ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਕਾਂਗਰਸ ਕੀ ਕੁਛ ਕਰ ਰਹੀ ਹੈ ਤੁਸੀਂ ਵੀ ਜਾਣਦੇ ਹੋ ਮੈਂ ਜਾਣਦਾ ਬਟ ਮੈਂ ਪਰਸਨਲੀ ਤੌਰ 'ਤੇ ਇਸ ਬੰਦੇ ਨੂੰ ਜਾਣਦਾ ਰਾਜਨੀਤਿਕ ਕਿਰਦਾਰਕ ਹੈ ਬੰਦਾ ਵਧੀਆ ਨਹੀਂ ਹੈਗਾ ਮੈਂ ਤੁਹਾਨੂੰ ਖੁੱਲ੍ਹੇ ਲਫ਼ਜ਼ 'ਚ ਕਹਿ ਰਿਹਾ ਮੈਂ ਕਿਉਂਕਿ ਅਗਰ ਹੈਗਾ ਤੇ ਉਹ ਮੁੱਦਿਆਂ ਦੇ ਬੜੇ ਬੜੇ ਐਸੇ ਹੱਲ ਹੋ ਸਕਦੇ ਸੀ ਪਾਣੀ ਦਾ ਮੁੱਦਾ ਅਸੀਂ ਸੁਪਰੀਮ ਕੋਰਟ 'ਚ ਪਾ ਕੇ ਜਿੱਤ ਸਕਦੇ ਸੀਗੇ ਪੰਜਾਬ ਦੇ ਭਲੇ ਲਈ ਹੋਰ ਬੜੀਆਂ ਲੜਾਈਆਂ ਲੜ ਸਕਦੇ ਸੀਗੇ PDA ਬਣਾ ਕੇ ਅਸੀਂ ਪੰਜਾਬ ਦੇ ਵਿੱਚ ਅੱਜ ਕਿਸੇ ਲੈਵਲ ਦੇ ਸੀਟ ਦੇ ਉੱਤੇ ਬਹਿੰਦੇ ਬੈਂਸ ਸਾਹਿਬ ਦੇ ਕੋਲ ਪਾਵਰ ਹੁੰਦੀ ਤਾਂ ਕਰ ਸਕਦੇ ਸੀ ਧਰਮਵੀਰ ਗਾਂਧੀ ਮਾੜਾ ਸੁਖਪਾਲ ਖਹਿਰਾ ਮਾੜਾ ਜਾਂ ਜਿੰਨੇ ਇਹਨਾਂ ਨੇ ਸੀਟਾਂ ਲੜੀਆਂ ਕਿਤੇ ਮਾੜੀਆਂ ਬਿਲਕੁਲ ਉੱਥੇ PDA ਖਤਮ ਅਸੀਂ ਵੀ ਇਹ ਗੱਲ ਕਹਿੰਦੇ ਹਾਂ ਕਿ ਚਲੋ ਕਿਸੇ ਦੇ ਭਗਤ ਹੋਣਾ ਕਿਸੇ ਦੇ ਹੋਣਾ ਚੰਗੀ ਗੱਲ ਆ ਕਿਸੇ ਦੇ ਫੈਨ ਹੋਣਾ ਚੰਗੀ ਗੱਲ ਆ ਅੰਨੇ ਭਗਤ ਨਹੀਂ ਹੋਣਾ ਚਾਹੀਦਾ ਉਹ ਚਾਹੇ ਕੋਈ ਵੀ ਆ ਦੇਖੋ ਰਾਜਨੀਤਿਕ ਤੌਰ ਤੇ ਪੈਸਿਆਂ ਦੇ ਇਲਜ਼ਾਮ ਲੱਗਣੇ ਬੈਂਸ ਸਾਹਿਬ ਦੇ ਬੰਦੇ ਮੇਰੇ ਤੇ ਵੀ ਲਾਉਂਦੇ ਨੇ ਫੇਸਬੁੱਕ 'ਤੇ ਵੀ ਲਿਖਦੇ ਨੇ ਕਿ ਲਿਆਓ ਮੇਰੇ 'ਤੇ ਕਾਰਵਾਈ ਹੋਈ ਮੈਂ ਬੈਠਾ ਮੇਰੇ 'ਤੇ ਕੋਈ ਕਾਰਵਾਈ ਹੋ ਗਈ ਪੁਲਿਸ ਕੰਪਲੇਂਟ ਹੋ ਗਈ ਮੇਰੀ ਗੱਲ ਦੱਸੋ ਮੇਰੇ 'ਤੇ ਕਾਰਵਾਈ ਹੋ ਮਤਲਬ ਮੈਂ ਚੋਰ ਥੋੜ੍ਹੀ ਨਾ ਹੋ ਗਿਆ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਇਨਕੁਆਰੀਆਂ ਜਾ ਕੇ ਜੀ ਨਹੀਂ ਤੁਸੀਂ ਪਰੇ ਹਟਣ ਦਾ ਕੋਈ ਖਾਸ ਕਾਰਨ ਇਹੀ ਮੁੱਦੇ ਸੀਗੇ ਭਾਜੀ ਵਨ ਮੈਨ ਸ਼ੋਅ ਹੈ ਜਦੋਂ ਕਿਤੇ ਸੋਲਿਡ ਕੰਮ ਆ ਜਾਂਦਾ ਵੀ ਇਹ ਕੰਮ ਜਿਹਦੇ 'ਚ ਜਨਤਾ ਦਾ ਭਲਾ ਹੋ ਸਕਦਾ ਜਾਂ ਕਿਤੇ ਹੋ ਸਕਦਾ ਇਹਨਾਂ ਨੇ ਨਹੀਂ ਕੀਤੀਆਂ ਸਾਰੇ ਮੁੱਦੇ ਲੜੋ ਅਵੇਰਕਾ ਮਿਲਕ ਪਲਾਂਟ ਦੇ ਲੜੋ ਫਿਰ ਜਿੱਤ ਕਿਵੇਂ ਗਏ ਤਿੰਨ ਵਾਰੀ ਉਹ ਜਿੱਤਣ ਦਾ ਇਹ ਰੀਜ਼ਨ ਭਾਜੀ ਇਹ ਰਾਜਨੀਤਿਕ ਹੈਗੇ ਆ ਜੀ ਇਲਾਕੇ ਦੇ ਲੋਕਾਂ ਨੂੰ ਲੋੜ ਸੀ ਕੋਈ ਵਧੀਆ ਹੋਰ ਚਿਹਰਾ ਆਵੇ ਅਕਾਲੀ ਦਲ ਦਾ ਜਿਹੜਾ ਅੰਦਰ ਦਾ ਸੰਗਠਨ ਸੀਗਾ ਆਪਸ 'ਚ ਵਿਗੜਿਆ ਹੋਇਆ ਸੀਗਾ ਗੁੱਟਬੰਦੀ ਬਹੁਤ ਜ਼ਿਆਦਾ ਸੀਗੀ ਗਾਬੜੇ ਸਾਹਿਬ ਦੇ ਉਲਟ ਜਾ ਕੇ ਅਕਾਲੀ ਦਲ ਦੀ ਵੋਟ ਇਹਨਾਂ ਨੂੰ ਪਈ ਜੀ ਨੈਕਸਟ ਵਿੱਚ ਆਮ ਆਦਮੀ ਪਾਰਟੀ ਦੀ ਵੇਵ ਬੜੀ ਤਕੜੀ ਸੀ ਜਿੰਦਾ ਇਹਨਾਂ ਨੂੰ ਫਾਇਦਾ ਮਿਲਿਆ ਅੱਛਾ ਜੀ ਉਹ ਔਰਤ ਮੈਂ ਤੁਹਾਰਾ ਉਸ ਤੇ ਆਵਾਂ ਕਿ ਉਹ ਔਰਤ ਕਦੇ ਆਈ ਤੁਹਾਡੇ ਕੋਲ ਮਿੰਤ ਤਰਲਾ ਕਰਨ ਵੀ ਭਾਈ ਮੇਰੀ ਸਪੋਰਟ ਕਰ ਦਿਓ ਕਿਉਂ ਇਕੱਲੀ ਤੁਰੀ ਫਿਰੀ ਜਾਂਦੀ ਹੈ ਜੀ ਨਹੀਂ ਮੇਰੇ ਕੋਲ ਨਹੀਂ ਕਿਉਂਕਿ ਕਈਆਂ ਲੋਕਾਂ ਦਾ ਕਹਿਣਾ ਇਹ ਗੱਲ ਕਹਿੰਦੇ ਕੋਈ ਕਹੀ ਜਾਂਦਾ ਜੀ ਕਹਿੰਦੇ ਕਾਂਗਰਸ ਦੇ ਵਿੱਚ ਕੜਵਲ ਸਾਹਿਬ ਕਰਵਾ ਰਹੇ ਨੇ ਕੋਈ ਕਹਿੰਦਾ ਜੀ ਰਾਜਾ ਬੈਂਸ ਕਰਵਾ ਰਿਹਾ ਕੋਈ ਕਹਿੰਦਾ ਜੀ ਅਕਾਲੀ ਦਲ ਕਰਵਾ ਰਿਹਾ ਉਹ ਲੈ ਕੇ ਆਏ ਨੇ ਲੇਡੀਜ਼ ਨੂੰ ਤੁਸੀਂ ਆਪਣੀ ਹਰ ਗੱਲ ਦਾ ਜਵਾਬ ਦੇ ਰਹੇ ਉਹਨਾਂ ਦੇ ਭਗਤਾਂ ਨੂੰ ਤਾਂ ਜਵਾਬ ਮਿਲ ਹੀ ਗਿਆ ਬੈਂਸ ਸਾਹਿਬ ਕਹਿੰਦੇ ਚੈਟੀ ਮੇਰੀ ਹੈ ਜਿਹੜੇ ਕਹਿੰਦੇ ਸੀ ਬੈਂਸ ਸਾਹਿਬ ਦਾ ਫੋਨ ਕਿਸੇ ਦੀ ਫੋਟੋ ਲਾ ਲਓ ਨੰਬਰ ਲਾ ਲਓ ਦੂਜਾ ਲਾ ਲਓ ਹੁਣ ਇਹਦੇ ਚ ਕੁਛ ਛੁਪਿਆ ਤਾਂ ਰਹਿ ਨਹੀਂ ਗਿਆ ਨਹੀਂ ਹਾਂ ਚੈਟ ਤਾਂ ਉਹਨਾਂ ਨੇ ਕਿਹਾ ਕਹਿੰਦੇ ਰਿਕਾਰਡਿੰਗ ਵੀ ਮੇਰੀ ਆ ਚੈਟ ਠੀਕ ਹੈ ਪਰ ਇਹਦਾ ਪਰ ਉਹਦੇ ਵਿੱਚ ਗਲਤ ਤਾਂ ਨਹੀਂ ਲੱਗ ਰਿਹਾ ਜੀ ਕੁਛ ਚੋਰ ਸ਼ਬਦਾਵਲੀ ਕੋਈ ਵੀ ਚੋਰ ਚੋਰੀ ਕਰਦਾ ਰੰਗੇ ਹੱਥੀ ਫੜੇ ਉਹ ਕਦੀ ਨਹੀਂ ਮੰਨਦਾ ਹੁੰਦਾ ਠੀਕ ਹੈ ਨਾ ਪਰ ਬੈਂਸ ਸਾਹਿਬ ਤੇ ਇਲਜ਼ਾਮ ਲੱਗੇ ਨੇ ਬੈਂਸ ਸਾਹਿਬ ਕਿਉਂ ਮੰਨਣਗੇ ਜੀ ਔਰਤ ਜਿਹਨੇ ਇਲਜ਼ਾਮ ਲਾਏ ਉਹ ਕਿਉਂ ਨਹੀਂ ਨਹੀਂ ਉਹ ਤਾਂ ਮੰਨੇ ਨੇ ਜੀ ਉਹ ਕਹਿੰਦੇ ਚੈਟ ਵੀ ਮੇਰੀ ਆ ਕੌਣ ਕੌਣ ਸਰ ਇਹ ਥੋੜੀ ਵੀ ਤੁਸੀਂ ਆਪਣੇ ਮਤਲਬ ਦੀ ਰੱਖ ਕੇ ਬਾਕੀ ਭਾਜੀ ਮੈਂ ਵੀ ਤਾਂ ਉਹੀ ਕਹਿ ਰਿਹਾ ਬੈਂਸ ਸਾਹਿਬ 10 ਦਿਨ ਬਾਅਦ 15 ਦਿਨ ਬਾਅਦ ਆਏ ਨੇ TV ਨੂੰ ਜਦੋਂ ਜਾ ਕੇ ਬਹਿ ਜਾਣ ਕਮਿਸ਼ਨਰ ਪੁਲਿਸ ਦੇ ਬੈਠਣ ਭਾਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਬੁਲਾ ਕੁੜੀ ਨੂੰ ਹੁਣੇ ਇਨਕੁਆਰੀ ਕਰ ਸਾਰਾ ਕੁਛ ਸਾਹਮਣੇ ਕਰ ਨਹੀਂ ਤੇ ਨਾਲ ਹੀ ਕੁੜੀ ਦਾ ਪਰਚਾ ਦਰਜ ਕਰ ਤੁਹਾਨੂੰ ਲੱਗਦਾ ਕਿ ਪਰਚਾ ਦਰਜ ਕਿਉਂ ਨਹੀਂ ਕਰਵਾ ਰਹੇ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਕਰਵਾ ਰਹੇ ਪਰਚਾ ਇਹ ਤਾਂ ਹਜੇ ਉਹਨਾਂ ਦੇ ਚੱਲਦੀ ਇਨਕੁਆਰੀਆਂ ਚੱਲਦੀਆਂ ਨੇ ਪੈਂਡਿੰਗ ਨੇ ਤੁਸੀਂ ਦੇਖੋ ਬੜੀਆਂ ਬੜੀਆਂ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਪੁਲਿਸ ਦੱਸਾਂ ਭਾਜੀ ਪਰਸਨਲੀ ਤੌਰ ਤੇ ਕੀ ਹੁਣ ਅਲਫਾਜ਼ ਉਹੋ ਜਿਹੇ ਨਿਕਲ ਜਾਂਦੇ ਨੇ ਮਜਬੂਰ ਕਿਉਂ ਮਜਬੂਰ ਹੈ ਭਾਜੀ ਨੈਕਸਸ ਹੀ ਇਹੋ ਜਿਹਾ ਤਾਂ ਪੂਰੀ ਲੱਗਦੀ ਹੈ ਇਹਨਾਂ ਦੀ ਕਿਉਂਕਿ ਜਿਹੜੇ ਉੱਪਰ ਬੈਠੇ ਨੇ ਆਰਡਰ ਕਰਨ ਵਾਲੇ ਰਿਸ਼ਵਤ ਕਿਸੇ ਨੂੰ ਲੈਣ ਨਹੀਂ ਦਿੰਦੇ ਜੀ ਪੁਲਿਸ ਕਾਤੇ ਫਿਰ ਉਹ ਕਾ ਉਹਨਾਂ ਦਾ ਭਾਜੀ ਉੱਪਰ ਬੈਠੇ ਜਿਹੜੇ ਨੇ ਆਰਡਰ ਕਰਨ ਵਾਲੇ ਹਰ ਬੰਦੇ ਨੂੰ ਚੱਕ ਕੇ ਕਿਤੇ ਨਾ ਕਿਤੇ ਖੁੱਡੇ ਲੈਂਦੇ ਬੜੇ ਐਸੇ ਕੇਸ ਨੇ ਬੜੇ ਬੜੇ ਪੁਲਿਸ ਅਫਸਰਾਂ ਨੇ ਇਮਾਨਦਾਰੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ SIT-ਆਂ ਬੈਠੀਆਂ ਨੇ ਉਹਨਾਂ ਨੇ ਇਮਾਨਦਾਰੀ ਨਾਲ ਕੰਮ ਕੋਸ਼ਿਸ਼ ਕੀਤੀ ਤੁਸੀਂ ਦੇਖ ਲਓ ਕਿਸੇ ਦਾ ਨਤੀਜਾ ਨਿਕਲਿਆ ਤਾਂ ਦੱਸ ਦਿਓ
ਤੇ ਜਿਹੜਾ ਕੱਲ ਜਿਹਨੇ ਨੌਕਰੀ ਕਰ ਕੱਲ ਆ ਗਾਵਰੀਆ ਸਾਹਿਬ ਗੱਲ ਕਰਦੇ ਸੀ ਆਖੇ ਜੀ ਉਹ ਕਹਿੰਦੇ ਉਹ ਨਾਲੇ ਆਪਣੇ ਗਰੇਵਾਲ ਸਾਹਿਬ ਕਹਿੰਦੇ ਜੀ ਇਹ ਕਦੇ ਆਸ਼ੂ ਦੇ ਨਾਲ ਸਾਂਝ ਬੜੀ ਹੈ ਇਹਨਾਂ ਦੀ ਮੰਤਰੀ ਜਿਹੜੇ ਨੇ ਲੋਜਿਕ ਵੀ ਪਾਉਂਦਾ ਲੁਧਿਆਣੇ ਸ਼ਹਿਰ ਚ ਰਹਿੰਦੇ ਹੋ ਤੁਸੀਂ ਲੁਧਿਆਣੇ ਨਹੀਂ ਬਚਾ ਨਹੀਂ ਰਹੇ ਐਫ ਆਈ ਆਰ ਹੁਣ ਤੋਂ ਰੋਕੇ ਦੇਖੋ ਮੈਂ ਨਹੀਂ ਕਹਿ ਰਿਹਾ ਆਪਣਾ ਵਤੀਰਾ ਜੀ ਤੁਸੀਂ ਦੇਖੋ ਤੁਸੀਂ ਡੀ ਐਸ ਪੀ ਸਿੱਖ ਦੋ ਟਾਂਡਾ ਸਾਹਿਬ ਵਕੀਲ ਨੇ ਜਾਂ ਕਿਸੇ ਸਿਆਣੇ ਵਕੀਲ ਨੂੰ ਪੁੱਛ ਲਓ ਉਹਨੂੰ ਪੁੱਛ ਲਓ ਵੀ ਇਹਦੇ ਤੇ ਜਿਹੜੀ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਉਹਦੇ ਚ ਕੀ ਹੈ ਪਹਿਲੇ ਦਿਨ ਤੋਂ ਹੀ ਉਹਨੂੰ ਸਿਕਿਉਰਿਟੀ ਟਾਂਡਾ ਸਾਹਿਬ ਨੇ ਦੱਸਿਆ ਕਹਿੰਦੇ ਜੀ ਪਹਿਲਾਂ ਐਫ ਆਈ ਆਰ ਹੁੰਦੀ ਹੁੰਦੀ ਆ ਫਿਰ ਇਨਕੁਆਇਰੀ ਹੁੰਦੀ ਹੁੰਦੀ ਆ ਕਿਉਂਕਿ ਟਾਂਡਾ ਸਾਹਿਬ ਨੇ ਕੋਈ ਘਰੇ ਥੋੜੀ ਨਾ ਬਣਾਇਆ ਸੰਵਿਧਾਨ ਬਣਾ ਲਿਆ ਜਿਹੜੇ ਉੱਤੇ ਜਿਹੜੇ ਅਕਾਲੀ ਦਲ ਵਾਲੇ ਜਿਹੜੀ ਇਸਤਰੀ ਵਿੰਗ ਬੀਜੇਪੀ ਵਾਲੇ ਕਾਂਗਰਸ ਵਾਲੇ ਇਸੇ ਗੱਲ ਦੇ ਕਿਉਂ ਹੀ ਦਬਾਅ ਪਾ ਰਹੇ ਨੇ ਕਿ ਐਫ ਆਈ ਆਰ ਕਰੋ ਐਫ ਆਈ ਆਰ ਕਰੋ ਐਫ ਆਈ ਆਰ ਕਰੇ ਤੇ ਦੋਸ਼ੀ ਹੋ ਜੂਗਾ ਜੀ ਬਹਿਸ ਨਹੀਂ ਦੋਸ਼ੀ ਹੋਣਾ ਜਾਂ ਨਹੀਂ ਹੋਣਾ ਕਾਨੂੰਨ ਦੇ ਮੁਹਾਫਿਜ਼ ਬੰਨਾ ਜਿਹੜੇ ਵਿਧਾਨ ਸਭਾ ਜਿਹੜੀ ਬਣੀ ਹੈ ਜੀ ਉਹ ਕਾਹਦੇ ਵਾਸਤੇ ਹੈ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਾ ਕਾਨੂੰਨ ਦੀ ਪਾਲਣਾ ਕਰਨਾ ਔਰ ਕਰਵਾਉਣਾ ਜੀ ਵਿਧਾਨ ਸਭਾ 'ਚ ਅਸੀਂ ਇਸ ਲਈ ਭੇਜਦੇ ਹਾਂ ਜੀ ਉਹਦੇ ਚੁਣਨ ਦੀ ਪ੍ਰਕਿਰਿਆ ਵੀ ਅਸੀਂ ਲੋਕ ਇੱਕ ਬੰਦੇ 'ਤੇ ਵਿਸ਼ਵਾਸ ਕਰਦੇ ਹਾਂ ਵੋਟਾਂ ਰਾਹੀਂ ਵੀ ਸਾਨੂੰ ਆਹ ਬੰਦਾ ਪਸੰਦ ਹੈ ਇਹਨੂੰ ਭੇਜਣਾ ਜੇ ਨਾ ਹੋਵੇ ਤਾਂ ਜਿਹਨੂੰ ਮਰਜ਼ੀ ਚੱਕ ਕੇ ਚੌਧਰ ਬਣਾ ਦਿਓ ਮੈਂ ਤੁਹਾਡੇ ਤੋਂ ਉਸੇ ਲਾਸਟ 'ਚ ਮੈਂ ਇਹੀ ਕੁਐਸਚਨ ਪੁੱਛਣ ਲੱਗਿਆ ਜਿਵੇਂ ਤੁਸੀਂ ਦੱਸਿਆ ਕਿ ਹੋਰ ਔਰਤਾਂ ਵੀ ਨੇ ਜਿਹਨਾਂ ਨੇ ਤੁਹਾਡੇ ਨਾਲ ਰਾਬਤਾ ਕੀਤਾ ਕਿ ਸਾਡੇ ਨਾਲ ਇੱਦਾਂ ਹੈਗਾ ਤੁਹਾਡੇ ਕੋਲ ਹੈ ਕੋਈ ਪ੍ਰੂਫ ਇੱਦਾਂ ਦਾ ਕਿ ਕੋਈ ਰਿਕਾਰਡਿੰਗ ਜਿਹਦੇ ਵਿੱਚ ਉਹ ਕਹਿੰਦੇ ਹੋ ਬਿਲਕੁਲ ਹੈਗੀ ਹੈ ਜੀ ਹੈਗੀ ਹੈ ਅੱਜ ਮੈਂ ਕਹਿ ਸਕਦਾ ਮੇਰੇ ਕੋਲ ਹੈਗੀ ਜੀ ਇੱਕ ਨਹੀਂ ਬਿਲਕੁਲ ਹੋ ਸਕਦਾ ਜੀ ਮੈਂ ਕਿਸ ਕਰਕੇ ਉਹਨਾਂ ਦੀ ਗੱਲ ਤੇ ਵਿਸ਼ਵਾਸ ਨਹੀਂ ਕਰ ਸਕਦਾ ਬਿਲਕੁਲ ਝੂਠ ਵੀ ਤਾਂ ਹੋ ਸਕਦਾ ਕਿਉਂ ਇੱਕ ਬੰਦਾ ਬਦਨਾਮ ਕਰਨ ਤੁਰਿਆ ਕਹਿੰਦੇ ਵੀ ਹੁਣ ਸਾਰੇ ਲੱਗ ਜਾਓ ਇਦਾਂ ਵੀ ਤਾਂ ਹੋ ਸਕਦਾ ਬਿਲਕੁਲ ਹੋ ਸਕਦਾ ਤੁਸੀਂ ਮੈਨੂੰ ਪੁੱਛਿਆ ਮੈਂ ਉਹਨਾਂ ਦੇ ਜਿੱਦਾਂ ਰਾਜਨੀਤਿਕ ਕੰਮ ਕੀਤਾ ਜਿੰਨੀਆਂ ਗੱਲਾਂ ਕੀਤੀਆਂ ਉਹਦੇ 'ਚ ਮੈਂ ਉਹਨਾਂ ਨੂੰ ਠੋਕ ਕੇ ਜਵਾਬ ਦਿੱਤਾ ਤੁਸੀਂ ਮੈਂ ਅੱਜ ਤੱਕ ਆਪ ਨਹੀਂ ਖੁਦ ਇਸ ਚੀਜ਼ ਦਾ ਇਲਜ਼ਾਮ ਲਾਇਆ ਜਦਕਿ ਮੇਰੇ ਤੱਕ ਅਪਰੋਚ ਸੀਗੀ ਆ ਬੜਿਆਂ ਨੇ ਕੀਤੀਆਂ ਮਤਲਬ ਤੁਹਾਡੇ ਤੱਕ ਪਹੁੰਚ ਕੀਤੀ ਆ ਕਈਆਂ ਨੇ ਕੀਤੀ ਹੈ ਵੀ ਸਾਡੇ ਕੋਲ ਹੈਗਾ ਵੀ ਸਾਨੂੰ ਕਿਵੇਂ ਹੋਊਗਾ ਉਹ ਡਰੀ ਜਾਣਗੇ ਸਿਕਿਉਰਿਟੀ ਮੰਗਦੇ ਨੇ ਦੂਜਾ ਮੰਗਦੇ ਨੇ ਤੁਹਾਡੇ ਸਾਹਮਣੇ ਡੀ ਐਸ ਪੀ ਸਿੱਖ ਉਹਨੇ ਵੀ ਕਿਹਾ ਸੀ ਪੀ ਤੱਕ ਅਪਰੋਚ ਹੋ ਚੁੱਕੀ ਅੱਛਾ ਜੀ ਜੇ ਡੀ ਐਸ ਪੀ ਸਿੱਖ ਉਹਨੇ ਕਿਸੇ ਵਜ੍ਹਾ ਨਾਲ ਹੀ ਗੱਲ ਕਹੀ ਹੈ ਜੇ ਉਹ ਪੁਲਿਸ ਦੇ ਵਿੱਚ ਨੇ ਪੁਲਿਸ ਵੱਲੋਂ ਪੁਲਿਸ ਅੰਦਰ ਉਹ ਤੰਤਰ ਹੁੰਦਾ ਹੀ ਇਹਨਾਂ ਦਾ ਜੇ ਉਹਨਾਂ ਨੇ ਔਨ ਰਿਕਾਰਡ ਆ ਕੇ ਕੋਈ ਗੱਲ ਕਹੀ ਹੈ ਵੀ ਪੁਲਿਸ ਕਮਿਸ਼ਨਰ ਕੋਲ ਕਿਸੇ ਹੋਰ ਲੇਡੀਜ਼ ਨੇ ਵੀ ਅਪਰੋਚ ਕੀਤੀ ਹੈ ਤਾਂ ਫਿਰ ਕਿਤੇ ਨਾ ਕਿਤੇ ਕੋਈ ਸੱਚ ਤਾਂ ਹੋਊਗਾ ਜੀ ਧੂੰਆਂ ਤਾਂ ਉੱਥੇ ਹੀ ਨਿਕਲਦਾ ਜਿੱਥੇ ਅੱਗ ਹੋਵੇ ਬਟ ਮੈਂ ਜਿਹੜੀ ਗੱਲ ਕਹਾਂ ਮੈਂ ਅੱਜ ਵੀ ਕਹਿੰਦਾ ਮੈਂ ਇਸ ਗੱਲੋਂ ਬੈਂਸਾ ਨੂੰ ਇਸ ਉੱਦਾਂ ਰਾਜਨੀਤਿਕ ਤੌਰ ਦੇ ਉੱਤੇ ਜਾਂ ਇਮਾਨਦਾਰੀ ਦਾ ਮੁਖੋਟੇ ਦੇ ਉੱਤੇ ਮੈਂ ਗੱਲ ਕਰ ਸਕਦਾ ਪਰ ਜਿਹੜੀ ਇਹ ਗੱਲ ਹੈ ਇਹ ਚੀਜ਼ ਦਾ ਦੁੱਧ ਤਾਂ ਦੁੱਧ ਪਾਣੀ ਤਾਂ ਪਾਣੀ ਹੋਣਾ ਜ਼ਰੂਰੀ ਹੈ ਹੋਣਾ ਜ਼ਰੂਰੀ ਹੈ ਮਤਲਬ ਕਿਸੇ ਹੱਦ ਤੱਕ ਤੁਹਾਡਾ ਵੀ ਦਿਲ ਮੰਨਦਾ ਨਹੀਂ ਕਿ ਇਦਾਂ ਦਾ ਹੋ ਸਕਦਾ ਪਰ ਇਨਕੁਆਇਰੀ ਦੇ ਵਿੱਚ ਹੋਣਾ ਚਾਹੀਦਾ ਮੇਰੇ ਮੰਨਣ ਜਾਂ ਨਾ ਮੰਨਣ ਹੋਣਾ ਚਾਹੀਦਾ ਮਤਲਬ ਕਹਿੰਦੇ ਵੀ ਜਾਂਚ ਹੋਣੀ ਚਾਹੀਦੀ ਹੈ ਜੋ ਸਲੂਕ ਆਮ ਬੰਦੇ ਨਾਲ ਹੁੰਦਾ ਤੁਹਾਡੇ ਮੇਰੇ ਨਾਲ ਹੁੰਦਾ ਜੀ ਹਾਈ ਪ੍ਰੋਫਾਈਲ ਕੋਈ ਬੰਦਾ ਹੋਵੇ ਉਹਦੇ ਨਾਲ ਵੀ ਸੇਮ ਹੋਣਾ ਚਾਹੀਦਾ ਮੈਂ ਇਸ ਗੱਲ ਤੇ ਮੈਂ ਪਹਿਰਾ ਦਿੰਦਾ ਜੀ ਸੰਵਿਧਾਨ ਸਾਨੂੰ ਰਾਈਟ ਦਿੰਦਾ ਸੰਵਿਧਾਨ ਦੇ ਪਾਲਣ ਕਰਨ ਔਰ ਕਰਵਾਉਣ ਵਾਲਿਆਂ 'ਤੇ ਵੀ ਉਹੀ ਲਾਗੂ ਹੁੰਦਾ ਅਤੇ ਉਹ ਹੋਣਾ ਚਾਹੀਦਾ ਪੁਲਿਸ ਨੂੰ ਦਰਜ ਕਰਕੇ ਪਤਾ ਨਹੀਂ ਦੇਖੋ ਬਹੁਤ ਸਾਰੇ ਤੁਸੀਂ ਵੀ ਸਮਾਜਿਕ ਤੌਰ 'ਤੇ ਹੋ ਜੀ ਤੁਹਾਡੇ ਕਈ ਪ੍ਰਮਾਈਸ ਦੇ ਬੰਦਿਆਂ ਨੇ ਵੀ ਮੈਨੂੰ ਅਪਰੋਚ ਕੀਤੇ ਵੀ ਫਲਾਣੀ ਇੱਕ ਹੋਰ ਵਿਧਵਾ ਔਰਤ ਆਈ ਹੈ ਪਰ ਉਹ ਡਰਦੀ ਹੈ ਮੈਂ ਬਾਹਰ ਆ ਜਾਵਾਂਗੀ ਬਿਲਕੁਲ ਮੈਂ ਬਾਹਰ ਆ ਜਾਵਾਂਗੀ ਮੈਨੂੰ ਘਰ ਛੱਡਣਾ ਪੈਣਾ ਜੀ ਮੇਰਾ ਰੋਟੀ ਪਾਣੀ ਦਾ ਕਿਵੇਂ ਬਣੂਗਾ ਮੇਰੇ ਪਰਿਵਾਰ ਨੇ ਮੈਨੂੰ ਇੱਦਾਂ ਕਰ ਦੇਣਾ ਗੱਲ ਇੱਥੇ ਟੁੱਕਦੀ ਹੈ ਵੀ ਐਸੀਆਂ ਬਹੁਤ ਸਾਰੀਆਂ ਔਰਤਾਂ ਨੇ
ਜਿਨ੍ਹਾਂ ਨਾਲ ਕਿਸੇ ਨਾ ਕਿਸੇ ਜਗ੍ਹਾ ਤੇ ਹੁੰਦਾ। ਮੈਂ ਬਹਿਸ ਸਾਹਿਬ ਦੀ ਨਹੀਂ ਗੱਲ ਕਰ, ਬਹਿਸ ਸਾਹਿਬ ਨੇ ਸਾਰਿਆਂ ਨੇ ਕੀਤਾ, ਹੋਰ ਬੜੇ ਰਾਜਨੀਤਿਕ ਬਹੁਤ ਜਗ੍ਹਾ ਦੇ ਉੱਤੇ ਬਹੁਤ ਚੀਜ਼ਾਂ ਹੋ ਰਹੀਆਂ ਨੇ, ਪਰ ਉਸ ਗੱਲ ਦੇ ਉੱਤੇ ਹੌਸਲਾ ਤਾਂ ਹੀ ਦਿੱਤਾ ਜਾ ਸਕਦਾ ਜਦੋਂ ਕਿਸੇ ਹਾਈ ਪ੍ਰੋਫਾਈਲ ਬੰਦੇ ਨੂੰ ਪ੍ਰੋਪਰਲੀ ਇਸ ਗੱਲ ਦੇ ਉੱਤੇ ਸਜ਼ਾ ਹੋਊਗੀ। ਇਹਦੇ ਵਿੱਚ ਮੈਂ ਸੱਜਣਾ ਮਿੱਤਰ, ਮੈਂ ਲਾਸਟ ਗੱਲ ਕਰਦੇ ਹਾਂ, ਜਿਹੜੇ ਸੱਜਣ ਮਿੱਤਰ ਕਿਸੇ ਧੀ ਭੈਣ ਦੇ ਉੱਤੇ ਗੱਲਾਂ ਕਰ ਰਹੇ ਨੇ, ਇਹ ਚੰਗੀਆਂ ਨਹੀਂ ਹੈ। ਗੁਰੂ ਮਹਾਰਾਜ ਨੇ ਜਿਹੜੇ ਦਿੱਤਾ ਉਹਦੇ ਢੰਗ ਨੇ, ਸਾਰੀਆਂ ਚੀਜ਼ਾਂ ਦੇ ਦੁੱਧ ਦਾ ਦੁੱਧ ਪਾਣੀ ਦੇ ਕਰਨ ਦੇ ਉਹ ਢੰਗ ਨੂੰ ਬਣਾਇਆ ਜਾਵੇ, ਨਾ ਕਿ ਫੇਸਬੁੱਕ ਦੇ ਉੱਤੇ। ਔਰ ਬਹੁਤ ਸਾਰੇ ਤਾਂ ਤੁਸੀਂ ਵੀ ਸਿਆਣੇ ਹੋ, ਬਹੁਤ ਸਾਰੇ ਤਾਂ ਪੇਡ ਕਮੈਂਟਡ ਹੈਗੇ ਨੇ, ਬਹੁਤ ਸਾਰੀਆਂ ਜਾਲੀ ਆਈਡੀਆਂ ਨੇ। ਚਲੋ ਇਹ ਇੱਕ ਜਾਂਚ ਦਾ ਵਿਸ਼ਾ, ਪੁਲਿਸ ਚੈਨਲ ਵਾਲਿਆਂ ਤੋਂ ਇਲਜ਼ਾਮ ਲਾਉਂਦੇ ਨੇ, ਚੈਨਲ ਵਾਲੇ ਵੀ ਬਦਨਾਮ ਕਰੀ ਜਾਣਗੇ, ਚੈਨਲ ਤੁਹਾਡੇ ਚੈਨਲ ਤੇ ਪੜ੍ਹੇ ਆ ਇੰਟਰਵਿਊ ਦੇ ਵਿੱਚ ਮਾੜਾ ਚੰਗਾ ਬੋਲਿਆ, ਉਹ ਖੋਤੇ ਦੇ ਖੋਰ ਵਰਗਾ ਸਿਰ ਜਿਹੜਾ ਗੁਰਮੀਤ, ਮੈਂ ਉਹਨੂੰ ਕੀ ਕਵਾਂ, ਉਹ ਕਿੰਨੇ ਕੁ ਯੋਗਾ ਹੈਗਾ, ਕਿਸੇ ਦਾ ਘਰ ਚਲਾਉਣ ਯੋਗਾ ਹੈਗਾ। ਇਹ ਪੱਕੀ ਗੱਲ ਆ ਜੀ ਕਿ ਉਹ ਬਹਿਸ ਸਾਹਿਬ ਦਾ ਹੈ ਜੀ, ਬਹਿਸ ਸਾਹਿਬ ਦਾ ਉੱਥੇ ਆਉਂਦਾ ਹੁੰਦਾ ਸੀ, ਬਹਿਸ ਸਾਹਿਬ ਦਾ ਸਾਥੀ ਰਿਹਾ, ਪਰ ਇਹਦੇ 'ਚ ਇਹਦਾ ਮਤਲਬ ਇਹ ਨਹੀਂ ਹੈਗਾ ਉਹ ਇਲਜ਼ਾਮ ਲਾ ਰਿਹਾ ਵੀ ਉਹ ਸੱਚ ਨੇ ਜਾਂ ਝੂਠ ਨੇ। ਪਰ ਮੈਂ ਇੱਕ ਗੱਲ ਕਰ ਰਿਹਾ, ਲੋਕ ਸਿਆਣੇ ਨੇ, ਇੱਕ ਔਰਤ ਉਸ ਟੱਟੂ ਦੇ ਨਾਲ ਜਾਊਗੀ, ਆਪਣੇ ਬੰਦੇ ਦੇ ਉੱਤੇ ਇਲਜ਼ਾਮ ਲਾ ਰਿਹਾ ਜਿੰਨਾ ਉਹਦਾ ਘਰ ਵਾਲਾ ਮਰ ਗਿਆ, ਆਪਾਂ ਇੰਨੇ ਵੀ ਨਾ ਗਿਰੀਏ, ਜੇ ਤੂੰ ਉਦੋਂ ਕਿਉਂ ਨਹੀਂ ਯੋਧਾ ਬਣਿਆ, ਤੂੰ ਬਹਿਸ ਸਾਹਿਬ ਦਾ ਸਾਥੀ ਰਿਹਾ, ਬਹਿਸ ਸਾਹਿਬ ਨੂੰ ਕਿਉਂ ਨਹੀਂ ਦੱਸਿਆ ਇਹ ਔਰਤ ਗਲਤ ਹੈਗੀ ਹੈ। ਬਿਲਕੁਲ, ਸਵਾਲ ਦੂਜੇ ਪਾਸੇ ਵੀ ਖੜੇ ਹੁੰਦੇ ਆ ਨਾ, ਉਸ ਬੰਦੇ ਨੇ ਬਹਿਸ ਸਾਹਿਬ ਨੂੰ ਕਿਉਂ ਨਹੀਂ ਦੱਸਿਆ, ਬਹਿਸ ਸਾਹਿਬ ਦੀ ਮਦਦ ਨਾ ਕਰੋ, ਔਰਤ ਗਲਤ ਹੈਗੀ ਹੈ, ਬਿਨਾਂ ਉਹਨੇ ਇਹ ਸਲੂਕ ਕੀਤਾ, ਉਹ ਕਹਿੰਦਾ ਮੇਰਾ ਸਿਰ ਪਾੜਿਆ, ਉਹਨੇ ਕਿਉਂ ਨਹੀਂ ਪਰਚਾ ਕਰਾਇਆ, ਐਮ ਐਲ ਏ ਹੁੰਦੀ ਹੈ ਕਿਉਂ ਨਹੀਂ ਹੋਇਆ, ਉਹ ਕਹਿੰਦਾ ਜੀ ਮੈਂ ਡਰਦਾ ਸੀਗਾ ਵੀ ਔਰਤ, ਲੋਕਾਂ ਕੋਲ 8-8 ਸਾਲ ਤੋਂ 10-8 ਸਾਲ ਦੇ ਐਂਡਰੋਇਡ ਫੋਨ ਨੇ ਜੀ, ਉਹ ਪੁਰਾਣੇ ਫੋਨ ਚੱਕੀ ਫਿਰਦਾ, ਜਿਹਦੇ 'ਚ ਟੈਕਸਟ ਮੈਸੇਜ ਕਰਦਾ ਪਿਆ, ਕੌਣ ਕਰਦਾ ਅੱਜ ਦੇ, ਉਹ ਬਹਿਸ ਸਾਹਿਬ ਨੂੰ ਵਟਸਐਪ 'ਤੇ ਚੈਟਾਂ ਹੋ ਰਹੀਆਂ, ਬਹਿਸ ਸਾਹਿਬ ਵਟਸਐਪ 'ਤੇ ਚੈਟਾਂ ਕਰ ਰਹੀਆਂ, ਉਹ ਟੈਕਸਟ ਮੈਸੇਜ 'ਤੇ ਗੱਲ ਕਰ ਰਹੇ, ਕਿਸੇ ਹੱਦ ਤੱਕ ਲੱਗਦਾ ਕਿ ਤੁਹਾਨੂੰ ਪਲਾਂਟਡ ਕੀਤਾ ਹੈ, ਜਦੋਂ ਸੀਗਾ ਉਦੋਂ ਕਿਉਂ ਨਹੀਂ ਆਇਆ ਸਾਹਮਣੇ। ਹਾਂ, ਇੱਥੇ ਸਵਾਲ ਇਹ ਵੀ ਬਣਦਾ ਜੋ ਔਰਤ ਨੂੰ ਉਹ ਕਹਿੰਦੇ ਨੇ ਵੀ ਭਾਈ ਔਰਤ ਉਦੋਂ ਕਿਉਂ ਨਹੀਂ ਆਈ ਜਦੋਂ ਪਹਿਲੀ ਵਾਰੀ ਹੋਇਆ, ਬਿਲਕੁਲ ਇਹ ਬੰਦਾ ਵੀ ਕਿਉਂ ਨਹੀਂ ਆਇਆ, ਔਰਤ ਨੇ ਤਾਂ ਆਪਣਾ ਕਲੈਰੀਫਾਈਡ ਦਿੱਤਾ ਵੀ ਹੱਦ ਹੀ ਟੱਪ ਗਈ, ਬਿਲਕੁਲ ਵੀ ਉਹਦਾ ਭਰਾ ਵੀ ਫੋਨ ਮੈਨੂੰ ਵੀਡੀਓ ਕਾਲਾਂ ਕਰ ਰਿਹਾ, ਬਿਲਕੁਲ ਮੁਖੜਾ ਤਾਂ ਦਿਖਾ ਜਾ, ਸੋ ਮੁਖੜਾ ਤਾਂ ਦਿਖਾ ਜਾ ਸਾਰੀਆਂ ਗੱਲਾਂ ਜੀ ਜੀ। ਹੁਣ ਗੱਲ ਤਾਂ ਵਿਸ਼ਾ ਉੱਥੇ ਖੜ ਗਿਆ ਨਾ ਵੀ ਪੁਲਿਸ ਉਹ ਕਹਿੰਦਾ ਵੀ ਫੇਕ ਹੈ, ਨੰਬਰ ਕਿਸੇ ਦਾ ਲਿਖ ਕੇ ਤੁਸੀਂ ਐਡੀਟਿੰਗ ਕਰਕੇ ਪੋਸਟ ਬਣਾ ਲਈ, ਬੈਂਸ ਸਾਹਿਬ ਦਾ ਤੁਸੀਂ ਰੱਖ ਲਿਆ, ਲੇਡੀਜ਼ ਨੇ ਪੀ ਡੀ ਸਿੰਘ ਸੋਰੀ ਚਲੋ ਚੈਨਲ ਦਾ ਨਾਂ ਕੀ ਲੈਣਾ, ਕਿਸੇ ਚੈਨਲ ਦੇ ਉੱਤੇ ਉਹਨਾਂ ਨੇ ਦਿਖਾਇਆ ਵੀ ਹੈ, ਆਹ ਦੇਖੋ ਜੀ ਆਹ ਚੈਟ ਪਈ ਹੈ, ਉਹਨੇ ਖੋਲ ਕੇ ਦਿਖਾਇਆ ਵੀ ਆ ਨੰਬਰ ਕਿੱਦਾਂ ਸੇਵ ਹੈ, ਬਿਲਕੁਲ ਬਿਲਕੁਲ ਤੁਹਾਡੇ ਵੀ ਦਿਖਾਇਆ ਉਹਨਾਂ ਨੇ ਸਾਰੇ ਦਰਸ਼ਕਾਂ ਨੇ ਦੇਖਿਆ, ਬਿਲਕੁਲ ਤੇ ਫਿਰ ਤਾਂ ਕੋਈ ਗੱਲ ਹੀ ਨਹੀਂ ਰਹਿ ਗਈ, ਗੱਲ ਬੈਂਸ ਸਾਹਿਬ ਹੀ ਮੰਨ ਗਏ, ਪਰ ਗੱਲ ਇਹ ਭਾਜੀ ਮੈਂ ਇੱਕ ਗੱਲ ਮੰਨਦਾ, ਬੈਂਸ ਸਾਹਿਬ ਦੇ ਇਲਜ਼ਾਮ ਨਹੀਂ ਸਾਬਤ ਹੁੰਦਾ ਕੁਛ, ਜਿਹੜੀ ਉਹ ਚੈਟਿੰਗ ਆ ਉਹਦੇ ਨਾਲ ਬੈਂਸ ਸਾਹਿਬ ਗੱਲ, ਬੈਂਸ ਸਾਹਿਬ ਨੇ ਭਾਬੀ ਘਰੇ ਕਿਉਂ ਬੁਲਾਇਆ ਫਿਰ ਗੱਲ, ਜੇ ਤੁਸੀਂ ਮੈਂ ਦਫ਼ਤਰ ਭੀੜ ਬਹੁਤ ਹੁੰਦੀ ਆ, ਸਾਹਮਣੇ ਘਰ ਹੈਗਾ ਬੈਂਸ ਸਾਹਿਬ, ਗੱਲ ਕਰਨੀ ਉਹ ਬੈਂਸ ਸਾਹਿਬ ਦਾ ਸਾਹਮਣੇ ਘਰ ਹੈ ਭਾਜੀ, ਬੈਂਸ ਸਾਹਿਬ ਦਾ ਦਫ਼ਤਰ 8 ਵਜੇ ਤੋਂ ਬਾਅਦ ਸ਼ੁਰੂ ਹੁੰਦਾ, ਚਾਹੇ ਤੁਸੀਂ ਡੁਗਰੀ ਰੋਡ ਤੇ ਚਲੇ ਜਾਓ, ਮੈਂ ਖੁਦ ਕਹਿ ਰਿਹਾ ਹੁੰਦੀ ਹੈ ਪਹਿਲਾਂ 8 ਵਜੇ ਤੋਂ ਬਾਅਦ 8:30 ਤੋਂ ਬਾਅਦ ਪਤਾ ਵੀ ਬੈਂਸ ਸਾਹਿਬ ਨੇ 8:30 ਆਣਾ ਜੀ, ਪਰ ਜੇ ਭਾਬੀ ਦਾ ਘਰ ਬੁਲਾ ਵੀ ਲਿਆ ਉਹਦੇ ਵਿੱਚ ਤਾਂ ਐਡੀ ਕੀ ਗੱਲ ਹੈ, ਭਾਬੀ ਲਿਆਓ ਸਾਹਮਣੇ ਬੈਂਸ ਸਾਹਿਬ ਨੂੰ ਕੋ ਜੀ, ਬੀਬੀ ਬਲਜਿੰਦਰ ਕੌਰ ਦੀ ਆਡੀਓ ਰਿਲੀਜ਼ ਹੋਈ ਹੈ ਜੀ, ਲੇਡੀਜ਼ ਨੇ ਕੀਤੀ, ਬੀਬੀ ਬਲਜਿੰਦਰ ਕੌਰ ਲਿਆਓ ਜਨਤਾ ਦੇ ਸਾਹਮਣੇ, ਓਕੇ ਤੁਸੀਂ ਦੇਖੋ ਬੜੀ ਵੱਡੀ ਗੱਲ ਹੈ, ਪੁਲਿਸ ਇਨਕੁਆਰੀ ਕਰ ਹੀ ਰਹੀ ਹੈ, ਬੈਂਸ ਸਾਹਿਬ ਲਿਆਣ ਆਹ ਬੈਠੇ ਜੀ ਸਾਰੇ ਟੱਬਰ ਜੀ, ਬੈਂਸ ਸਾਹਿਬ ਨੇ ਆਪਣੇ ਭਰਾ ਨੂੰ ਜਨਤਾ ਕਿਉਂ ਨਹੀਂ ਕੀਤਾ, ਤੂੰ ਕਿਉਂ ਕੀਤੀਆਂ ਕੌਲਾਂ ਵੀ ਬੀਬੀ ਵੀਡੀਓ ਕਾਲ ਜੀ, ਉਹ ਤਾਂ ਨਹੀਂ ਬੰਦਾ ਹੁੰਦਾ ਕੋਈ, ਬਿਲਕੁਲ ਜੀ। ਚਲੋ ਆਉਣ ਵਾਲੇ ਸਮੇਂ ਵਿੱਚ ਦੇਖੀਏ ਕਿ ਜੇਕਰ ਉਹ ਲੇਡੀ ਝੂਠੀ ਨਿਕਲਦੀ ਆ ਤਾਂ ਤੁਸੀਂ ਉਸ ਮੈਂ ਸਿੰਪਲ ਜੀ ਗੱਲ ਕਰਦਾ ਸਾਹਿਬ ਦੀ ਸਪੋਰਟ ਕਰੋਗੇ ਉਸ ਵਿਸ਼ੇ ਤੇ ਕਿ ਹਾਂ ਉਹ ਮੈਂ ਸਰ ਸਟੈਂਡ ਲੈਣ ਵੀ ਪਰਚਾ ਕਰਾਵਾਂਗੇ ਲੇਡੀਜ਼ ਤੇ, ਤੁਸੀਂ ਵੀ ਦਿਓਗੇ ਸਾਥ ਜੇ ਉਹ ਝੂਠੀ ਨਿਕਲਦੀ ਆ, ਬਿਲਕੁਲ ਦਿਆਂਗਾ ਜੀ, ਜੇ ਸੱਚੀ ਨਿਕਲਦੀ ਆ ਫਿਰ ਕੀ ਕਰੋਗੇ, ਸੱਚੀ ਨਿਕਲਿਆ ਤਾਂ ਬੈਂਸ ਸਾਹਿਬ ਦਾ ਮੂੰਹ ਵੈਸੇ ਕਾਲਾ ਹੋਇਆ ਪਿਆ, ਕਿਉਂਕਿ ਅੱਜ ਤੱਕ ਇਮਾਨਦਾਰੀ ਦਾ ਮਖੋਟਾ ਪਾ ਕੇ ਕੋਈ ਮਸਲੇ ਦਾ ਹੱਲ ਹੋਏ ਨਹੀਂ, ਇਲਾਕੇ ਦੀ ਜਨਤਾ ਅਗਲੀ ਵਾਰੀ ਜਵਾਬ ਦੇ ਦੂਗੀ ਵੋਟਾਂ ਵੇਲੇ, ਕਿਉਂਕਿ ਉਸ ਤੋਂ ਇਲਾਵਾ ਸਾਡੇ ਕੋਲ ਕੋਈ ਹੱਲ ਹੀ ਆਣੀ ਨਹੀਂ। ਚਲੋ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ, ਕੋਈ ਸ਼ਬਦਾਵਲੀ ਚਲੋ ਵਧੀਆ ਸੱਭਿਅਕ ਵਰਤਣੀ ਆਪਾਂ ਸਾਰਿਆਂ ਨੇ ਭਾਜੀ, ਮੂੰਹ ਮੈਂ ਤੁਹਾਨੂੰ ਕਹਿੰਦਾ ਭਾਜੀ ਸੱਭਿਅਕ ਕੀ, ਉਹਦਾ ਨਾਂ ਹੀ ਕਾਲਾ ਨਹੀਂ ਹੈਗਾ, ਉਹਦਾ ਦਿਲ ਦਾ ਵੀ ਕਾਲਾ, ਇਸ ਗੱਲ ਨੂੰ ਛੱਡ ਦਿਓ, ਪਰ ਉਹਨੇ ਇੱਕ ਹੋਰ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਮੈਂ ਜਿਹੜੀਆਂ ਗੱਲਾਂ ਕਰ ਰਿਹਾ, ਅਗਰ ਬੈਂਸ ਸਾਹਿਬ ਇਮਾਨਦਾਰ ਨੇ ਆਪਣੇ ਭਰਾ ਨੂੰ ਭਾਬੀ ਨੂੰ ਉਹਦੇ ਮੁੰਡੇ ਨੂੰ ਬਲਜਿੰਦਰ ਕੌਰ ਨੂੰ ਔਰ ਉਹ ਲੇਡੀਜ਼ ਨੂੰ ਜਨਤਾ ਦੀ ਇੱਜ਼ਤ ਵੀ ਬਹਿ ਜਾਣ, ਜਾਂ ਸੀ ਪੀ ਦੇ ਦਫ਼ਤਰ ਬਹਿਣ ਵੀ ਅੱਜ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ, ਉਸ ਤੋਂ ਬਾਅਦ ਅਸੀਂ ਉੱਠ ਕੇ ਜਾਵਾਂਗੇ, ਫੋਨ ਜਮ੍ਹਾਂ ਕਰਾਉਣ ਸਾਰਾ ਕੁਛ ਕਰਾਉਣ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ ਜੀ, ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੁਲਿਸ ਦੀ ਕੀ ਕਾਰਵਾਈ ਅਤੇ ਇਨਕੁਆਇਰੀ ਚੋਂ ਕੀ ਨਿਕਲ ਕੇ ਆਉਂਦਾ ਉਹ ਸਾਰੇ ਦਰਸ਼ਕਾਂ ਦੇ ਸਾਹਮਣੇ ਆ ਜਾਣਾ। ਮੈਂ ਇੱਥੇ ਆਖਰ ਦੇ ਵਿੱਚ ਇੱਕ ਵਾਰ ਫਿਰ ਕਹਿਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਜਿਹੜੇ ਕਿ
बहुत सारे कमेंट इदा दे कि औरत की सहमति सी जी दस बारह बारी हो गया उदो क्यों नहीं बोली पहली बार। मानते हाँ कि सारा कुछ होया वा औरत भी दोषी हो सकती आ, पर फिर भी सानू कोई एडा वड्डा हक नहीं है कि असी किसी लेडीज के लिए एड्डी वड्डी गंदी शब्दावली वरती है। जी जी गिल साहब गल जोड़ते हैं जिसे पोस्टा भी पईया कई बंद ने उन्होंने मैथिया ने लाइव भी किया जिन्हें कहा भी बारह बारी रेप नहीं होंगे सहमति होंगे जी, बट अगर सहमति भी सी जी वह मनते ने उन्होंने बंदे जी, बट किसी पराई औरत को एडे वे बंद का रुतबे वाले बंद का किसी पराई औरत ना संबंध बनाना कितने जायज है। यह भी गल इतने बहुत वधिया कही यार लोगों को समझ नहीं आती वो अपने लीडर को बचा रहे हैं कि उनका जुलूस कट रहे जुलूस कट रहे हैं। जे जे कह सकते हैं थले लोग जो कमेंट करते हैं कि बारह बारी जो होया तो इदा सहमति सी, सहमति भी क्यों असं कहने इदा की सहमति भी नहीं होनी चाहिए। जेडे जेडे परसन नू लोग बड़ा ही नाइस परसन समझते हो, बड़ा ही ईमानदार करैक्टर का साफ सुथरा समझते हो, उन्हां लोगों नू जे थले कमेंट करन वालियां नू इन्नी समझ नहीं हैगी कि तुसीं अपने उस चहेते लीडर के उत्ते एक अपने आप दोष ला रहे हो कि दस से बारह बार रेप नहीं हुंदा सहमति हुंदी आ, जबकि इदां होना ही नहीं चाहिए। असीं कहिंदे कोई भी इदां दी सहमति असहमति दे नाल भी इदां दा कुछ नहीं होना चाहिए। उन्हां उन्हां दर्शकों नू मैं जरूर कहना कि कोई नहीं समा रुको, कुछ इनकुआरी होएगी सारा कुछ सामने आ जाएगा। इन्नी गंदी भद्दी शब्दावली किसे लिए भी औरत लिए वरतनी माड़ी आ, चाहे वह औरत अपने करैक्टर की प्रति किसी तरीके की भी आ, पर सानू कोई हक नहीं किसी के प्रति एड्डी भद्दी शब्दावली वरतन का। सो ये सन जसविंदर सिंह राजा जी जिन्होंने 13-14 साल लंबा समा बैंस साहब के नाल रहे, पर इन्होंने भी इतने क्लीयर किया कि मेरे होंगे हुए समय दौरान मैं इदा का कुछ नहीं देखा कि करैक्टर कहीं कोई बैंस साहब इदा के, पर अज जो दोष लगे ने तो वो इनकुआरी होनी चाहिए आ प्रोपर। जे दुध का दुध तो पानी का पानी सामने आता, इन्होंने कहा कि जो औरत झूठी निकलती है तो असं मैं बैंस साहब के बराबर खड़ के उस औरत से परचा दर्ज करवाऊंगा। नहीं तो इस केस मैं पार्टी भी बनने जा रहा जी, मैं हाई कोर्ट सुप्रीम कोर्ट से रिट भी पा रहा जी, और मैं सुप्रीम कोर्ट में चिट्ठी भी लिखी है जी, यकीनी बनाया जाए भी हाई प्रोफाइल केस सीधा एफ आई आर होनी चाहिए, उस तो बाद इनकुआरी होनी चाहिए। सो यह भी चंगी गल आ कि जे इस तरह की कोई मिसाली कार्रवाई होंगी आ तो आने वाले समय के बहुत सारिया औरतों ज बहुत सारे जोड़े इदा के ईमानदार लीडर लोगों की निगाह च ने उन्होंने दोष ना लगन नहीं लगनगे जे इस तरह का हों। सो देखते हैं आने वाले समय के पुलिस इनकुआरी में की बाहर निकल के आता कि उस औरत जो होया वो सच है जो जे दोष ने वो बिल्कुल बेबुनियाद ने, यह देख योग होगा आने वाले समय के। धन्यवाद कैमरामैन अमृतपाल के नाल तरलोचन सिंह प्राइम उदय लुधियाना।